ਉਹ ਵੰਡ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਰਹਿ ਗਿਆ ਅਤੇ ਸਾਡੇ ਵੱਡੇ ਵਡੇਰੇ ਬਜ਼ੁਰਗ ਜਦੋਂ ਪਾਕਿਸਤਾਨ ਤੋਂ ਆਪਦੇ ਘਰ ਬਾਰ ਆਪਦੀਆਂ ਜ਼ਮੀਨਾਂ ਛੱਡ ਕੇ ਆਏ ਅਤੇ ਇੱਥੇ ਪੱਟੀ ਆ ਕੇ ਵੱਸ ਗਏ। ਪੱਟੀ ਵੱਸਣ ਦਾ ਵੱਡਾ ਕਾਰਨ ਇਹ ਹੀ ਸਾਡੇ ਬਜ਼ੁਰਗ ਦੱਸਦੇ ਆ ਵੀ ਉਦੋਂ ਉਸ ਸਮੇਂ ਦੇ ਵਿੱਚ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਨਹੀਂ ਹੋਈ, ਸਾਰਾ ਹੀ ਆਪਣਾ ਇੰਡੀਆ ਸੀ, ਹਿੰਦੁਸਤਾਨ ਸੀ। ਉਸ ਤੋਂ ਬਾਅਦ ਬੜਾ ਸੰਘਰਸ਼ ਕੀਤਾ ਸਾਡੇ ਪੱਟੀ ਸ਼ਹਿਰ ਦੇ ਤਕਰੀਬਨ ਹੀ ਲਾਹੌਰ ਜ਼ਿਲ੍ਹੇ ਨਾਲ ਸੰਬੰਧਿਤ ਲੋਕ ਜਿਹੜੇ ਆ ਸਾਡੀ ਜੱਟ ਬਰਾਦਰੀ ਉਹ ਇੱਥੇ ਆ ਕੇ ਵਸੀ। ਭਰਾ ਭਾਈਚਾਰੇ ਦੇ ਲੋਕ ਜਾਂ ਸਾਡੀ ਜੱਟ ਬਰਾਦਰੀ ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਤੋਂ ਉੱਠ ਕੇ ਇੱਥੇ ਆ ਕੇ ਪੈ ਗਈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੇ ਵੱਡੇ ਚਿਹਰੇ ਲੋਕ ਸਭਾ ਦੀਆਂ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ 'ਚ ਉਤਾਰੇ ਗਏ ਨੇ, ਉਹਨਾਂ ਦੇ ਵਿੱਚ ਇੱਕ ਵੱਡਾ ਨਾਮ ਹੈ ਮਾਝੇ ਦੇ ਵੱਡੇ ਆਗੂ ਸਰਦਾਰ ਲਾਲਜੀਤ ਸਿੰਘ ਭੁੱਲਰ, ਪੰਜਾਬ ਦੇ ਕੈਬਨਿਟ ਵਜ਼ੀਰ ਵੀ ਨੇ ਔਰ ਉਹ ਆਗੂ ਨੇ ਜਿਹੜੇ ਵਿਧਾਨ ਸਭਾ ਚੋਣਾਂ ਦੇ ਵਿੱਚ ਪੱਟੀ ਦੇ ਵਿੱਚੋਂ ਮਾਝੇ ਦੇ ਵਿੱਚੋਂ ਇੱਕ ਵੱਡੀ ਲੀਡ ਲੈ ਕੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਉਹਨਾਂ ਨੇ ਕੀਤੀ ਸੀ। ਪੱਟੀ ਹਲਕਿਆਂ ਦੇ ਵਿੱਚ ਪੱਟੀ ਹਲਕੇ ਦੇ ਵਿੱਚ ਕਿਉਂਕਿ ਮਾਝੇ ਦੀ ਸ਼ੁਰੂਆਤੀ ਦੌਰ ਦੇ ਵਿੱਚ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਕਾਫੀ ਵੀਕ ਸੀ ਜਦੋਂ ਪਹਿਲੀ ਵਾਰ ਉਹਨਾਂ ਨੇ ਚੋਣ ਲੜੀ ਸੀ, ਤਾਂ ਜਦੋਂ ਪੱਟੀ ਦੇ ਵਿੱਚੋਂ ਵੱਡੀਆਂ ਰੈਲੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਇੱਥੋਂ ਹੀ ਮੰਨਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਜੜ੍ਹਾਂ ਸੀ ਮਾਝੇ ਦੇ ਵਿੱਚ ਲੱਗਣੀਆਂ ਸ਼ੁਰੂ ਹੋਈਆਂ। ਤਾਂ ਬਿਲਕੁਲ ਆਮ ਆਦਮੀ ਪਾਰਟੀ ਨੇ ਇਸੇ ਹੀ ਇੱਕ ਵਾਰ ਫਿਰ ਆਗੂ ਨੂੰ ਚੁਣਿਆ ਹੈ। ਖਡੂਰ ਸਭਾ ਲੋਕ ਸਭਾ ਦੀ ਸੀਟ ਦੇ ਲਈ ਵਕਾਰੀ ਸੀਟ ਹੈ ਕਿਉਂਕਿ ਮਾਝੇ ਦੀਆਂ ਸੀਟਾਂ ਤੋਂ ਇਲਾਵਾ ਇੱਕ ਸੀਟ ਜਿੱਥੇ ਮਾਲਵੇ ਦੀ ਵੀ ਇਸ ਦੇ ਵਿੱਚ ਐਡ ਹੈ, ਜੀਰੇ ਦੀ, ਅਤੇ ਦੋ ਦੁਆਬੇ ਦੀਆਂ ਸੀਟਾਂ ਵੀ ਇਸ ਦੇ ਵਿੱਚ ਨੇ। ਤਾਂ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਭੁੱਲਰ ਸਾਹਿਬ, ਆਮ ਆਦਮੀ ਪਾਰਟੀ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ ਔਰ ਤੁਸੀਂ ਕੈਬਨਿਟ ਵਜ਼ੀਰ ਨੂੰ ਸੇਵਾਵਾਂ ਦੇ ਰਹੇ ਹੋ, ਬਸ ਤੁਹਾਨੂੰ ਕੈਂਡੀਡੇਟ ਬਣਾਇਆ, ਇਸ ਦੇ ਉੱਤੇ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਗਗਨ ਜੀ ਅਤੇ ਦੈਨਿਕ ਸਵੇਰਾ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਮੈਨੂੰ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਾਕੀ ਰਹੀ ਗੱਲ ਲੋਕ ਸਭਾ ਖਡੂਰ ਸਾਹਿਬ ਦੀ, ਜਿਹੜਾ ਮੇਰੇ 'ਤੇ ਵਿਸ਼ਵਾਸ ਕੀਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਸਾਡੇ ਨੈਸ਼ਨਲ ਕਨਵੀਨਰ ਮੁੱਖ ਮੰਤਰੀ ਦਿੱਲੀ ਜੀ ਨੇ, ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਮੈਂ ਸ਼ੁਕਰੀਆ ਅਦਾ ਕਰਦਾ, ਸ਼ੁਕਰਾਨਾ ਕਰਦਾ ਅਕਾਲ ਪੁਰਖ ਵਾਹਿਗੁਰੂ ਦਾ, ਗੁਰੂ ਨਾਨਕ ਪਾਤਸ਼ਾਹ ਜੀ ਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਪਹਿਲਾਂ 2022 'ਚ ਦਾਸ ਨੂੰ MLA ਬਣਾਇਆ, ਫਿਰ ਵਜ਼ੀਰ ਬਣਾਇਆ ਅਤੇ ਹੁਣ ਫਿਰ ਬੜੀ ਵੱਡੀ ਦਾਤ MP ਦੀ ਟਿਕਟ ਦੇ ਕੇ ਫਿਰ ਬੜੀ ਵੱਡੀ ਦਾਤ ਦਿੱਤੀ ਹੈ। ਅਤੇ ਮੈਂ ਧੰਨਵਾਦ ਵੀ ਕਰਦਾ ਲੋਕ ਸਭਾ ਖਡੂਰ ਸਾਹਿਬ ਦੇ ਵੋਟਰਾਂ ਸਪੋਟਰਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਵਾ ਕਰਾਇਆ। ਸਰਵੇ ਦੇ ਵਿੱਚ ਜਿਹੜੇ ਭੈਣਾਂ ਭਰਾਵਾਂ ਨੇ ਦਾਸ ਦਾ ਨਾਂ ਲਿਆ, ਮੈਂ ਸਾਰੇ ਭੈਣਾਂ ਭਰਾਵਾਂ ਦਾ ਧੰਨਵਾਦ ਕਰਦਾ ਅਤੇ ਗਾਂ ਅਪੀਲ ਵੀ ਕਰਦਾ ਕਿ ਵੱਡੀ ਲੀਡ ਨਾਲ ਜਿਤਾ ਕੇ ਦਾਸ ਲਾਲਜੀਤ ਸਿੰਘ ਭੁੱਲਰ ਨੂੰ ਲੋਕ ਸਭਾ ਦੇ ਵਿੱਚ ਭੇਜਣ, ਤਾਂ ਜੋ ਅਸੀਂ ਆਪਦੇ ਪੰਜਾਬ ਦੇ ਹੱਕਾਂ ਭੁੱਖਾਂ ਲਈ ਲੜ ਸਕੀਏ ਅਤੇ ਪੰਜਾਬ ਦੇ ਹੱਕ ਲੈ ਕੇ ਆਈਏ। ਭੁੱਲਰ ਸਾਹਿਬ, ਅਸੀਂ ਤੁਹਾਡੇ ਨਾਲ ਸਿਆਸੀ ਵੀ ਗੱਲਾਂ ਕਰਾਂਗੇ, ਪਰ ਕਿਉਂਕਿ ਤੁਸੀਂ ਪੰਜਾਬ ਦੇ ਕੈਬਨਿਟ ਵਜ਼ੀਰ ਵੀ ਹੋ ਤਾਂ ਹੁਣ ਲੋਕ ਸਭਾ ਦੇ ਲਈ ਜਾ ਰਹੇ ਹੋ, ਤਾਂ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਨੇ ਕਿਉਂਕਿ ਤੁਸੀਂ ਤਾਂ ਪਾਰਟੀ ਦੇ ਲਈ ਕੰਮ ਕਰਦੇ ਹੋ, ਸਰਕਾਰ ਲਈ ਕੰਮ ਕਰਦੇ ਹੋ, ਪਰ ਨਿੱਜੀ ਤੌਰ ਦੇ ਉੱਤੇ ਨਹੀਂ ਜਾਣਨਾ ਚਾਹੁੰਦੇ, ਤਾਂ ਅਸੀਂ ਵੀ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਸੀ ਥੋੜ੍ਹੀ ਜਾਣਕਾਰੀ। ਸਭ ਤੋਂ ਪਹਿਲਾਂ ਤੁਸੀਂ ਸ਼ੁਰੂ ਤੋਂ ਪੱਟੀ ਦੇ ਵਸਨੀਕ ਹੋ ਔਰ ਪੜ੍ਹਾਈ ਲਿਖਾਈ ਇੱਥੇ ਹੀ ਹੋਈ ਹੈ ਜੀ? ਬਿਲਕੁਲ, ਜਿਹੜੇ ਸਾਡੇ ਵੱਡੇ ਵਡੇਰੇ ਆ, ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ 1947 ਤੋਂ ਪਹਿਲਾਂ, ਸਾਡਾ ਪਾਕਿਸਤਾਨ ਦੇ ਵਿੱਚ ਲਾਹੌਰ ਜ਼ਿਲ੍ਹਾ ਸੀ ਅਤੇ ਜਿਹੜਾ ਕਿ ਹੁਣ ਵੰਡ ਤੋਂ ਬਾਅਦ ਪਿੰਡ ਸਰਿਆਲੀ, ਵੱਡੀ ਸਰਿਆਲੀ, ਉਹ ਵੰਡ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਰਹਿ ਗਿਆ। ਅਤੇ ਸਾਡੇ ਵੱਡੇ ਵਡੇਰੇ ਬਜ਼ੁਰਗ ਜਦੋਂ ਪਾਕਿਸਤਾਨ ਤੋਂ ਆਪਦੇ ਘਰ ਬਾਰ ਆਪਦੀਆਂ ਜ਼ਮੀਨਾਂ ਛੱਡ ਕੇ ਆਏ ਅਤੇ ਇੱਥੇ ਪੱਟੀ ਆ ਕੇ ਵੱਸ ਗਏ। ਪੱਟੀ ਵੱਸਣ ਦਾ ਵੱਡਾ ਕਾਰਨ ਇਹ ਹੀ ਸਾਡੇ ਬਜ਼ੁਰਗ ਦੱਸਦੇ ਆ ਵੀ ਉਦੋਂ ਉਸ ਸਮੇਂ ਦੇ ਵਿੱਚ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਨਹੀਂ ਹੋਈ, ਸਾਰਾ ਹੀ ਆਪਣਾ ਇੰਡੀਆ ਸੀ, ਹਿੰਦੁਸਤਾਨ ਸੀ।
ਉਦੋਂ ਲਾਹੌਰ ਜ਼ਿਲ੍ਹੇ ਦਾ ਆਖਰੀ ਥਾਣਾ ਪੱਟੀ ਅਤੇ ਇਹਨਾਂ ਨੂੰ ਇਹ ਸੀ ਵੀ ਕਿਤੇ ਨਾ ਕਿਤੇ ਸ਼ਾਇਦ ਜੇ ਪੱਟੀ ਇੱਧਰ ਭਾਰਤ ਦੇ ਵਿੱਚ ਆ ਅਤੇ ਹੋ ਸਕਦਾ ਸਾਡਾ ਪਿੰਡ ਅਤੇ ਲਾਹੌਰ ਜਿਹੜਾ ਜ਼ਿਲ੍ਹਾ ਆ ਉਹ ਸ਼ਾਇਦ ਇੱਧਰ ਪੰਜਾਬ 'ਚ ਇੰਡੀਆ ਦੇ ਵਿੱਚ ਆ ਜੇ ਅਤੇ ਸਾਡਾ ਘਰ ਸਾਡੀਆਂ ਜ਼ਮੀਨਾਂ ਫਿਰ ਸਾਡੇ ਕੋਲ ਆ ਜਾਵੇ। ਉਦੋਂ ਬਾਅਦ ਬੜਾ ਸੰਘਰਸ਼ ਕੀਤਾ ਸਾਡੇ ਪੱਟੀ ਸ਼ਹਿਰ ਦੇ ਤਕਰੀਬਨ ਹੀ ਲਾਹੌਰ ਜ਼ਿਲ੍ਹੇ ਨਾਲ ਸੰਬੰਧਿਤ ਲੋਕ ਜਿਹੜੇ ਆ ਸਾਡੀ ਜੱਟ ਬਰਾਦਰੀ ਉਹ ਇੱਥੇ ਆ ਕੇ ਵਸੀ ਕਿਉਂਕਿ ਪੱਟੀ ਜਿਹੜਾ ਸ਼ਹਿਰ ਹੈ ਇਹ ਮੁਗਲਾਂ ਦੀ ਪੱਟੀ ਮੁਗਲ ਬਰਾਦਰੀ ਸਾਰੀ ਜਿਹੜੀ ਆ ਉਹ ਇੱਥੋਂ ਉੱਠ ਕੇ ਪਾਕਿਸਤਾਨ 'ਚ ਚਲੀ ਗਈ ਅਤੇ ਸਾਡੇ ਜਿਹੜੇ ਭਰਾ ਭਾਈਚਾਰੇ ਦੇ ਲੋਕ ਜਾਂ ਸਾਡੀ ਜੱਟ ਬਰਾਦਰੀ ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਤੋਂ ਉੱਠ ਕੇ ਇੱਥੇ ਆ ਕੇ ਪੈ ਗਈ ਅਤੇ ਲਾਹੌਰ ਜ਼ਿਲ੍ਹੇ ਦੇ ਤਕਰੀਬਨ ਗਰੀਨਕੋਟ ਪਿੰਡ ਖਾਰਾ ਲਲਿਆਣੀ ਵੱਡੀ ਸਰਿਆਲੀ ਨਿੱਕੀ ਸਰਿਆਲੀ ਦਫਤੂ ਜਾਮਣ ਹੋਰ ਕਈ ਪਿੰਡ ਜਿਹੜੇ ਇੱਥੇ ਆ ਕੇ ਪੱਟੀ ਸ਼ਹਿਰ ਦੇ ਵਿੱਚ ਵਸੇ ਅਤੇ ਬੜੇ ਮਿਹਨਤੀ ਪਰਿਵਾਰ ਸਾਰਿਆਂ ਨੇ ਮਿਹਨਤਾਂ ਕਰ ਕਰਕੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਫਿਰ ਸਾਡੇ ਬਜ਼ੁਰਗ ਜੇ ਇੱਥੇ ਆ ਕੇ ਬੈਠੇ ਬਜ਼ੁਰਗਾਂ ਨੇ ਸਾਡੇ ਜਿਵੇਂ ਪਿਤਾ ਜੀ ਆ ਸਾਡੇ ਦਾਦਾ ਜੀ ਦੇ ਛੋਟੇ ਬ੍ਰਦਰ ਉਹ ਵੀ ਪੜ੍ਹ ਲਿਖ ਕੇ ਉਦੋਂ ਬਿਜਲੀ ਬੋਰਡ ਦੇ ਵਿੱਚ ਸਾਡੇ ਦਾਦਾ ਜੀ ਦੇ ਛੋਟੇ ਬ੍ਰਦਰ ਸਰਦਾਰ ਗੁਰਮੀਤ ਸਿੰਘ ਏਜਾ ਸੋਂ ਉਹ ਬਿਜਲੀ ਬੋਰਡ 'ਚ ਭਰਤੀ ਹੋਏ ਫਿਰ ਮੇਰੇ ਪਿਤਾ ਜੀ ਵੀ ਉਹ ਵੀ ਪੜ੍ਹ ਲਿਖ ਕੇ ਐਜ਼ ਏ ਬੈਂਕ ਮੈਨੇਜਰ ਰਿਟਾਇਰਡ ਹੋਏ ਨੇ ਅਤੇ ਉਹਦੇ ਬਾਅਦ ਮੇਰੀ ਖੁਦ ਦੀ ਵੀ ਜਿਹੜੀ ਪੜ੍ਹਾਈ ਆ ਉਹ ਇੱਥੇ ਪੱਟੀ 'ਚ ਹੀ ਹੋਈ ਅਤੇ ਪੜ੍ਹਾਈ ਦੇ ਨਾਲ ਨਾਲ ਮੈਂ ਆੜ੍ਹਤਾ ਕਾਰੋਬਾਰ ਵੀ ਕਰਦਾ ਰਿਹਾ ਨਾਲ ਆਪਦੀ ਕਿਸਾਨੀ ਖੇਤੀ ਕਰਦੇ ਰਹੇ ਅਤੇ ਨਾਲ ਮੈਂ ਆਪਦਾ ਆੜ੍ਹਤਾ ਕਾਰੋਬਾਰ ਕਰਦਾ ਰਿਹਾ ਅਤੇ ਆੜ੍ਹਤਾ ਕਾਰੋਬਾਰ ਕਰਦਿਆਂ ਕਰਦਿਆਂ ਨਾਲ ਮੈਨੂੰ ਆੜ੍ਹਤੀ ਯੂਨੀਅਨ ਦਾ ਇੱਥੋਂ ਦਾ ਪ੍ਰਧਾਨ ਬਣਾਇਆ ਗਿਆ 2015 ਤੋਂ ਲੈ ਕੇ 2022 ਤੱਕ ਜਦੋਂ ਤੱਕ ਮੈਂ ਇਲੈਕਸ਼ਨ ਲੜ ਕੇ MLA ਵਜ਼ੀਰ ਬਣਿਆ ਉਦੋਂ ਤੱਕ ਪ੍ਰਧਾਨਗੀ ਮੇਰੇ ਕੋਲ ਹੀ ਰਹੀ ਹੈ ਸਾਰਾ ਸਮਾਂ ਅਤੇ ਉਹਦੇ ਬਾਅਦ ਆਪਾਂ ਜ਼ਿੰਮੇਵਾਰੀ ਆਪਣੇ ਸਾਥੀਆਂ ਨੂੰ ਨਾਲਦਿਆਂ ਨੂੰ ਪ੍ਰਧਾਨਗੀ ਦੇ ਕੇ ਬਣਾਇਆ ਪ੍ਰਧਾਨ ਅਤੇ ਨਾਲ ਪੱਟੀ ਮੰਡੀ ਦੀ ਪ੍ਰਧਾਨਗੀ ਰਹੀ 15 ਤੋਂ ਲੈ ਕੇ 22 ਤੱਕ ਤਰਨ ਤਾਰਨ ਜ਼ਿਲ੍ਹੇ ਦੀ ਪ੍ਰਧਾਨਗੀ ਨਾਲ ਮੈਨੂੰ ਪੰਜਾਬ 'ਚ ਸੈਕਟਰੀ ਵੀ ਬਣਾਇਆ ਗਿਆ ਆੜ੍ਹਤੀ ਯੂਨੀਅਨ ਦਾ ਬਾਕੀ ਪਰਮਾਤਮਾ ਨੇ ਕਿਰਪਾ ਕੀਤੀ ਬੜੀ ਮਿਹਨਤ ਕੀਤੀ ਸਾਡੇ ਬਜ਼ੁਰਗਾਂ ਨੇ ਵੀ ਮਿਹਨਤ ਕੀਤੀ ਗਾ ਮੈਂ ਆਪ ਵੀ ਬੜੀ ਮਿਹਨਤ ਕੀਤੀ ਕੱਚੀ ਜ਼ਮੀਨਾਂ ਖਰੀਦੀਆਂ ਜਾਇਦਾਦਾਂ ਬਣਾਈਆਂ ਜਿਹੜੀ ਜ਼ਮੀਨ ਉੱਥੇ ਛੁੱਟ ਗਈ ਸੀਗੀ ਕਿਉਂਕਿ ਉੱਧਰ ਪਾਕਿਸਤਾਨ ਬਣ ਗਈ ਸੀ ਸਾਰੀ ਇੱਥੇ ਆ ਕੇ ਪੁਰਖਾਂ ਨੂੰ ਮਿਲ ਗਈ ਸੀਗੀ ਬਹੁਤ ਨੁਕਸਾਨ ਹੋਇਆ ਸਰਕਾਰਾਂ ਦੀਆਂ ਜਿਹੜੀਆਂ ਬੇਰੁਖੀਆਂ ਸਰਕਾਰਾਂ ਨੇ ਆਪਦੀਆਂ ਕੁਰਸੀਆਂ ਬਣਾਉਣ ਲਈ ਕਿਉਂਕਿ ਨਹਿਰੂ ਪਰਿਵਾਰ ਚਾਹੁੰਦਾ ਸੀ ਗਾਂਧੀ ਪਰਿਵਾਰ ਵੀ ਅਸੀਂ ਪ੍ਰਧਾਨ ਮੰਤਰੀ ਇੱਧਰ ਬਣੀਏ ਉਹਨਾਂ ਨੇ ਵੇਖਿਆ ਵੀ ਜੇ ਮੁਹੰਮਦ ਜਿੰਨਾ ਇੱਧਰ ਰਹੇ ਅਤੇ ਸਾਡੀ ਕੁਰਸੀ ਦਾ ਨੁਕਸਾਨ ਨਾ ਹੋਵੇ ਇੱਕ ਸਾਡੇ ਪੰਜਾਬ ਨੂੰ ਵੰਡ ਕੇ ਅੱਧਾ ਪੰਜਾਬ ਲਹਿੰਦਾ ਪੰਜਾਬ ਪਾਕਿਸਤਾਨ ਨੂੰ ਦੇ ਦਿੱਤਾ ਅਤੇ ਇੱਧਰਲਾ ਪਾਸਾ ਸਾਡਾ ਬੜਾ ਨੁਕਸਾਨ ਹੋਇਆ ਜਿੰਨੇ ਵੀ ਪਰਿਵਾਰ ਪਾਕਿਸਤਾਨ ਤੋਂ ਆ ਕੇ ਅਸੀਂ ਪੱਟੀ ਬੈਠੇ ਹਾਂ ਸਾਨੂੰ ਚਾਰ ਚਾਰ ਕੱਟਾਂ ਲੱਗੀਆਂ ਜੇ ਕਿਸੇ ਦੀ ਉੱਧਰ 4 ਕਿੱਲੇ ਜ਼ਮੀਨ ਸੀ ਕੱਟ ਵੱਜ ਕੇ ਉਹਨੂੰ 1 ਏਕੜ ਜ਼ਮੀਨ 1 ਕਿੱਲਾ ਜ਼ਮੀਨ ਮਿਲੀ ਜਾਣੀ ਕਿ ਰੁਪਈਏ ਦੀ 54 ਮਿਲੀ ਸਾਨੂੰ ਇੱਥੇ ਆ ਬੜੀਆਂ ਕੱਟਾਂ ਵੱਜੀਆਂ ਫਿਰ ਚਲੋ ਬਜ਼ੁਰਗਾਂ ਨੇ ਉੱਧਰ ਵੀ ਜ਼ਮੀਨ ਬਿਲਕੁਲ ਮੇਰੇ ਪਿਤਾ ਜੀ ਬੈਂਕ ਮੈਨੇਜਰ ਸਨ ਬੈਂਕ 'ਚ ਜੋਬ ਕਰਦੇ ਜਦੋਂ ਮੈਂ ਹੋਇਆ ਆਪਦੇ ਪੈਰਾਂ ਸਿਰ ਅਤੇ ਲਗਭਗ 30 ਸਾਲ ਹੋ ਗਏ ਸਾਨੂੰ ਆੜ੍ਹਤਾ ਕਾਰੋਬਾਰ ਕਰਦਿਆਂ ਨੂੰ ਮੈਂ ਛੋਟੀ ਉਮਰੇ ਹੀ ਨਾਲ ਆੜ੍ਹਤਾ ਕਾਰੋਬਾਰ ਕਰਨਾ ਸ਼ੁਰੂ ਕਰਤਾ ਅਤੇ ਬੜੀ ਮਹਾਰਾਜ ਨੇ ਕਿਰਪਾ ਕੀਤੀ ਜਦੋਂ ਬੰਦਾ ਮਿਹਨਤ ਕਰਦਾ ਅਤੇ ਉਦੋਂ ਅਕਾਲ ਪੁਰਖ ਵਾਹਿਗੁਰੂ ਬੰਦੇ ਦੇ ਨਾਲ ਆ ਕੇ ਖੜ੍ਹ ਜਾਂਦਾ ਸੱਚੇ ਪਾਤਸ਼ਾਹ ਕਿਰਪਾ ਕਰਦਾ ਅਤੇ ਨਾਲ ਆੜ੍ਹਤਾ ਕਾਰੋਬਾਰ ਕੀਤਾ ਫਿਰ ਚੰਗੇ ਪਾਸੇ ਲੱਗੇ ਰਹੇ ਆੜ੍ਹਤੀ ਯੂਨੀਅਨ ਵਾਸਤੇ ਆਪਦੇ ਭਰਾਵਾਂ ਲਈ ਆੜ੍ਹਤੀਆਂ ਲਈ ਖੇਤ ਕਢਾ ਕੇ ਲੜਦੇ ਰਹੇ ਅਤੇ ਜਿਹੜੇ ਵੀ ਹੱਕ ਘੂਕ ਲਈ ਲੜੇ ਉਹਦੇ 'ਚ ਜਿੱਤ ਹੋਈ ਕਿਉਂਕਿ ਸੱਚ 'ਤੇ ਜਦੋਂ ਬੰਦਾ ਖੜਦਾ ਉਦੋਂ ਪਰਮਾਤਮਾ ਨਾਲ ਆ ਕੇ ਮਦਦ ਕਰਦਾ ਫਿਰ ਜਿੱਤ ਵੀ ਹੁੰਦੀ। ਪੁਲਿਸ ਸਾਹਿਬ ਇਸ ਦੇ ਵਿੱਚ ਫਿਰ ਇਹ ਵੀ ਦੱਸ ਦਿਓ ਕਿ ਤੁਸੀਂ ਜਦੋਂ ਪਰਿਵਾਰ ਸਾਰਾ ਪਰਿਵਾਰ ਦੇ ਵਿੱਚੋਂ ਪਿਤਾ ਜੀ ਬੈਂਕ 'ਚੋਂ ਰਿਟਾਇਰ ਹੋਏ ਨੇ ਬਾਕੀ
ਅਕਾਲੀ ਦਲ ਕਾਂਗਰਸ ਬੜੇ ਵੱਡੇ ਵੱਡੇ ਰੁਤਬਿਆਂ ਦੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਆ। ਅਸੀਂ ਐਜ਼ ਏ ਵੋਟਰ, ਕਿਉਂਕਿ ਸਾਰੀ ਦੁਨੀਆ ਜਿਹੜੀ 3.25 ਕਰੋੜ ਲੋਕ ਨੇ ਪੰਜਾਬ ਦੇ, ਉਹ ਸਾਰੇ ਵੋਟਰ ਦੇ ਤੌਰ ਤੇ ਆਉਂਦੇ ਰਹੇ। ਉਹਨਾਂ 3.25 ਕਰੋੜ ਲੋਕਾਂ 'ਚੋਂ ਸਾਡਾ ਪਰਿਵਾਰ ਵੀ ਸੀ। ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ, ਕਿਉਂਕਿ ਇਹ ਜਿਹੜਾ ਆਪਣਾ ਤਕਰੀਬਨ ਏਰੀਆ ਨਾ, ਤਰਨ ਤਾਰਨ ਜ਼ਿਲ੍ਹਾ, ਇਹ ਹੈਗਾ ਨਰੋਲ ਅਕਾਲੀ ਮਾਈਂਡਡ। ਅਸੀਂ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਰਹੇ ਹਾਂ ਸਾਰਾ ਪਰਿਵਾਰ ਹੀ। ਉਹਦੇ ਬਾਅਦ 2017 ਦੇ ਵਿੱਚ ਇੱਥੋਂ ਕਾਂਗਰਸ ਦੇ ਜਿਹੜਾ ਵਿਧਾਇਕ ਬਣਿਆ ਹਰਮਿੰਦਰ ਸਿੰਘ ਗਿੱਲ, ਸਾਡੇ ਪਰਿਵਾਰ ਨੇ ਉਹਦੀ ਮਦਦ ਕੀਤੀ ਵੀ ਉਹਨੂੰ ਵੋਟਾਂ ਪਾਈਆਂ। ਵੀ ਇਹ ਨਹੀਂ ਵੀ ਕੋਈ ਅਹੁਦਾ ਲੈਣ ਲਈ ਜਾਂ ਕੋਈ ਚੇਅਰਮੈਨੀ ਜਾਂ ਕੋਈ ਪ੍ਰਧਾਨਗੀ ਲੈਣ ਲਈ ਜਾਂ ਕੌਂਸਲਰ ਦੀ ਚੋਣ ਲੈਣ ਲਈ, ਸਿਰ ਪਿਓ ਵੀ ਆਪਾਂ ਵੋਟਾਂ ਪਾਉਂਦੇ ਕਿਸੇ ਨਾ ਕਿਸੇ ਨੂੰ ਤਾਂ ਵੋਟ ਪਾਉਣੀ ਆ। ਪੜਦਾਦਾ ਜੀ ਹੋਣੀ ਉਹ 3 ਬ੍ਰਦਰ ਸਨ, ਤੇ ਉਹਦੇ ਚੋਂ ਇੱਕ ਜਿਹੜੇ ਸਾਡੇ ਦਾਦਾ ਜੀ ਦੇ ਵੱਡੇ ਬ੍ਰਦਰ ਆ ਉਹਨਾਂ ਦੇ ਵੀ 5 ਪੋਤਰੇ ਗਾ, ਤੇ ਇਸੇ ਤਰ੍ਹਾਂ ਹੀ ਸਾਡੇ ਵੀ ਦਾਦਾ ਜੀ ਹੋਣੀ 5 ਬ੍ਰਦਰ ਸਨ, ਇੱਕ ਹੋਰ ਸਾਡੇ ਪੜਦਾਦਾ ਜੀ ਦੇ ਜਿਹੜੇ ਬ੍ਰਦਰ ਉਹਨਾਂ ਦੇ ਵੀ ਗਾ 4 ਪੋਤਰੇ, ਵੀ ਵੱਡਾ ਪਰਿਵਾਰ ਆ। 4, 5, 9, 5, 14 ਦੇ ਸਾਡੇ ਦਾਦਾ ਜੀ ਹੋਣੀ ਹਿਸਾਬ ਨਾਲ ਭਰਾ ਹੋ ਗਏ, ਤੇ ਉਹਦੇ ਬਾਅਦ ਕਿਸੇ ਦਾ 1 ਪੁੱਤ ਗਾ, 2 ਪੁੱਤ ਜਿਵੇਂ ਸਾਡੇ ਡੈਡੀ ਜੀ ਆ, ਤੇ ਇਸ ਤਰ੍ਹਾਂ ਕਰਕੇ 25-30 ਪਰਿਵਾਰ ਬਣ ਜਾਂਦੇ, ਵੱਡਾ ਪਰਿਵਾਰ ਆ। ਸਾਡੇ ਇਸ ਪਰਿਵਾਰ ਚੋਂ ਨਾ ਕੋਈ ਕੌਂਸਲਰ, ਨਾ ਕੋਈ ਸਰਪੰਚ, ਨਾ ਕੋਈ ਪ੍ਰਧਾਨ, ਵੀ ਕੋਈ ਵੀ ਸਿਆਸਤ ਦੇ ਵਿੱਚ ਨਹੀਂ। ਤੇ ਜਦੋਂ ਅਸਲ 'ਚ ਮੈਂ ਤੁਹਾਨੂੰ ਦੱਸਦਾ ਵੀ ਸਿਆਸਤ 'ਚ ਆਉਣ ਦਾ ਕੀ ਕਾਰਨ ਬਣਿਆ, 2017 'ਚ ਹਰਮਿੰਦਰ ਸਿੰਘ ਗਿੱਲ ਦੀ ਮਦਦ ਕੀਤੀ, ਤੇ ਉਹ ਜਦੋਂ ਵੇਖਿਆ ਹਿਸਾਬ ਕਿਤਾਬ ਤੇ ਆਪਾਂ ਤੇ ਕਦੀ ਇਹਦੇ ਕੋਲ ਕੰਮ ਲੈਣ ਵੀ ਨਹੀਂ ਗਏ। ਉਹਦੇ ਬਾਅਦ 2018 ਜਿਹੜਾ ਮੇਰੇ ਤੇ ਇੱਕ ਮੰਡੀ ਦੇ ਵਿੱਚ ਝਗੜਾ ਆਇਆ, ਤੇ ਉਹਦੇ 'ਚ ਮੇਰੇ ਤੇ ਪਰਚਾ ਕਰਾਤਾ, ਇੱਥੋਂ ਹਰਮਿੰਦਰ ਸਿੰਘ ਗਿੱਲ ਨੂੰ ਪਰਚਾ ਕਰਾ ਦਿੱਤਾ ਜਾਂਦਾ। ਤੇ ਉਹਦੇ ਬਾਅਦ ਫਿਰ ਆਪਾਂ ਤੇ ਐਜ਼ ਏ ਵੋਟਰ ਹੀ ਹਾਂ, ਅਸੀਂ ਕਿਹੜੇ ਲੀਡਰ ਹਾਂ। 2019 'ਚ ਉਦੋਂ ਅਸੀਂ ਫਿਰ ਅਕਾਲੀ ਦਲ ਦੀ MP ਦੀ ਚੋਣ ਆਈ, ਤੇ ਅਕਾਲੀ ਦਲ ਦੀ ਮਦਦ ਕੀਤੀ ਵੀ ਉਹਨਾਂ ਨੂੰ ਵੋਟਾਂ ਪਾਤੀਆਂ। ਵੋਟਾਂ ਪਾਈਆਂ ਤੇ ਮੈਂ ਬੰਦਿਆਂ ਦੇ ਨਾਲ ਦੇਸ਼ ਪ੍ਰਤਾਪ ਕਹਿਰੋ ਕੋ ਗਿਆ ਨਾਲ ਵੀ ਇਹਨਾਂ ਦਾ ਕੋਈ ਕੰਮ ਕਾਰ ਕਰਾ ਦਿਓ, ਤੇ ਉਹ ਮੈਨੂੰ ਦੇਸ਼ ਪ੍ਰਤਾਪ ਕਹਿਰੋ ਵੱਲੋਂ ਕਿਹਾ ਗਿਆ ਵੀ ਕੋਈ ਕੰਮ ਹੋਵੇ ਤੇ ਆਪਦਾ ਦੱਸਿਆ ਕਰੋ, ਇਹ ਜਿਹੜੇ ਲੋਕ ਆ ਨਾ ਇਹ ਹੈਗੇ ਆ ਕੀੜਿਆਂ ਦੇ ਪਾਉਂਦੀ ਤਰ੍ਹਾਂ ਦਾਣੇ ਪਾਓ ਤੇ ਮਗਰ ਮਗਰ ਤੁਰੇ ਆਉਂਦੇ ਇਸੇ ਤਰ੍ਹਾਂ। ਉਹ ਜਦੋਂ ਮੈਨੂੰ ਇਹ ਗੱਲ ਕੀ ਨਾ, ਮੈਂ ਅਸਲ 'ਚ ਇਹਨਾਂ ਦੋ ਬੰਦਿਆਂ ਦਾ ਸ਼ੁਕਰੀਆ ਅਦਾ ਵੀ ਕਰਦਾ, ਅਸਲ 'ਚ ਮੈਨੂੰ ਮੰਤਰੀ ਬਣਾਉਣ ਵਾਲੇ ਇਹ ਬੰਦੇ ਆ। ਜੇ ਬੰਦੇ ਕੋਈ ਮਤਲਬ ਕਦਰ ਕਰਦੇ ਤੇ ਆਪਾਂ ਕਿਸੇ ਪਾਸੇ ਤੁਰਨਾ ਹੀ ਨਹੀਂ। ਉਹ ਫਿਰ ਮੇਰੇ ਮਨ ਨੂੰ ਹੋਇਆ ਵੀ ਆਪਾਂ ਭਾਵੇਂ ਪਾਲ ਗਏ ਅਕਾਲੀਆਂ ਨੂੰ ਵੋਟ, ਭਾਵੇਂ ਕਾਂਗਰਸ ਨੂੰ, ਇਹਨਾਂ ਕੋਈ ਸੁਣਵਾਈ ਨਹੀਂ ਕਰਨੀ। ਮੈਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੇ ਦਿੱਲੀ 'ਚ ਕੰਮ ਚੰਗੇ ਕੀਤੇ, ਕਿਉਂਕਿ ਦਿੱਲੀ 'ਚ ਚੰਗੀ ਸਰਕਾਰ ਚੱਲਦੀ ਪਈ, ਚੰਗੇ ਕੰਮ ਕੀਤੇ 2020 'ਚ, ਤੇ ਮੇਰੇ ਮਨ ਨੂੰ ਹੋਇਆ ਵੀ ਮੈਂ ਚਲੋ ਵੋਟਾਂ ਤਾਂ ਆਪਾਂ ਪਾਉਣੀਆਂ ਆ ਕਿਸੇ ਚੰਗੀ ਪਾਰਟੀ ਨਾਲ ਤੁਰੀਏ। ਮੈਂ ਕੋਈ ਇਹ ਨਹੀਂ ਵੀ MLA ਬਣ ਲਈ ਜਾਂ ਵਜ਼ੀਰ ਬਣ ਲਈ, ਆਮ ਆਦਮੀ ਪਾਰਟੀ ਸ਼ਾਮਿਲ ਆ। 2020 'ਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਜਿਹੜੇ ਦਿੱਲੀ 'ਚ ਚੰਗੇ ਕੰਮ ਕੀਤੇ, ਉਹਨਾਂ ਨੂੰ ਵੇਖ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਇਕੱਲੇ ਜਾ ਕੇ ਮੈਂ ਪਾਰਟੀ ਜੁਆਇਨ ਕੀਤੀ, ਹਰਪਾਲ ਸਿੰਘ ਚੀਮਾ ਜੀ ਨੇ ਮੈਨੂੰ ਜੁਆਇਨ ਕਰਾਇਆ। ਉਹਦੇ ਬਾਅਦ ਮਿਹਨਤ ਕੀਤੀ, ਉਦੋਂ ਉਹਦੇ ਬਾਅਦ ਤੁਹਾਨੂੰ ਯਾਦ ਹੋਣਾ ਕੋਰੋਨਾ ਵਾਇਰਸ ਨਾਂ ਦੀ ਨਾ ਅਮਰਾਦ ਬਿਮਾਰੀ ਆ ਗਈ, ਲੋਕਡਾਊਨ ਲੱਗ ਗਿਆ। ਇੱਥੇ ਲੋਕਾਂ ਦੀ ਸੇਵਾ ਕੀਤੀ, ਜੇ ਕਿਸੇ ਨੂੰ ਜਿਵੇਂ ਮੇਰੇ ਕੋਲ ਆੜ ਦੇ ਤੌਰ 'ਤੇ ਸਾਡੇ ਪੱਲੇਦਾਰਾਂ ਆਉਣਾ ਜਾਂ ਸਾਡੇ ਜਿਹੜੇ ਖੇਤ ਕੰਮ ਕਰਦੇ ਮਜ਼ਦੂਰ ਉਹਨਾਂ ਆਉਣਾ ਵੀ ਲੋਕਡਾਊਨ ਲੱਗਾ, ਸਾਡਾ ਕੰਮ ਬੰਦ ਹੋ ਗਿਆ, ਸਾਨੂੰ ਮਜ਼ਦੂਰੀ ਨਹੀਂ ਮਿਲਦੀ, ਘਰ ਖਾਣ ਨੂੰ ਰੋਟੀ ਹੈ ਨਹੀਂ, ਘਰ ਖਾਣ ਨੂੰ ਸਾਡੇ ਕੋਈ ਸਬਜ਼ੀ ਹੈ ਨਹੀਂ, ਤੇ ਸਾਡੀ ਮਦਦ ਕਰੋ। ਮੈਂ ਫਿਰ ਉਦੋਂ ਰਾਸ਼ਨ ਦੇਣਾ ਸ਼ੁਰੂ ਕੀਤਾ, ਜੋ ਦੇਣਾ ਸ਼ੁਰੂ ਕੀਤਾ ਰਾਸ਼ਨ ਵੰਡਣਾ,
ਤੇ ਵੇਖੋ ਬਾਬਾ ਨਾਨਕ ਹੀ ਦੇਂਦਾ ਆਮ ਆਦਮੀ ਪਾਰਟੀ ਵੱਲੋਂ ਨਹੀਂ ਸੀ ਕੰਮ ਕਰ ਰਹੇ ਵੈਸੇ ਰੂਟੀਨ ਦੇ ਵਿੱਚ ਹੀ ਸੀ ਨਹੀਂ ਆਮ ਆਦਮੀ ਪਾਰਟੀ ਮੈਂ ਜੁਆਇਨ ਕਰ ਲਈ ਪਰ ਵੈਸੇ ਹੀ ਉਹ ਮੈਨੂੰ ਹੋਇਆ ਵੀ ਮੈਂ ਗਰੀਬਾਂ ਦੀ ਮਦਦ ਕਰਾਂ ਜੇ ਪ੍ਰਮਾਤਮਾ ਨੇ ਦਿੱਤਾ ਉਹਨੇ ਸੀ ਸੋਚਿਆ ਕਿ ਅਭੀ ਇਹ ਨਹੀਂ ਸੋਚਿਆ ਕੋਈ ਵੀ ਆਪਾਂ ਐਮਐਲਏ ਦੀ ਚੋਣ ਲੜਨੀ ਹੈ ਜਾਂ ਕੋਈ ਆਪਾਂ ਵਜ਼ੀਰ ਬਣਨਾ ਇਹ ਤੇ ਵੇਖੋ ਆਪੇ ਹੀ ਰਾਹ ਬਣਦੇ ਗਏ ਪ੍ਰਮਾਤਮਾ ਕਿਰਪਾ ਕਰਦੇ ਗਏ ਅਕਾਲ ਪੁਰਖ ਵਾਹਿਗੁਰੂ ਜਦੋਂ ਰਾਸ਼ਨ ਰੂਸ਼ਨ ਵੰਡਿਆ ਫਿਰ ਹੋਰ ਲੋਕ ਆਉਣੇ ਸ਼ੁਰੂ ਹੋਏ ਤੇ ਆਪਣਾ ਜਿੰਨੇ ਜੋਗੇ ਹਾਂ ਸੇਵਾ ਕੀਤੀ ਲੋਕਾਂ ਦੀ ਪੂਰੇ ਹਲਕੇ 'ਚ ਸੈਨੇਟਾਈਜ਼ਰ ਦੀ ਸਪਰੇਅ ਕਰਾਈ ਟਰੈਕਟਰਾਂ ਵਾਲੇ ਵੱਡੇ ਪੰਪ ਲਾ ਕੇ ਪੂਰੇ ਹਲਕੇ ਨੂੰ ਸੈਨੇਟਾਈਜ਼ ਕੀਤਾ ਤੇ ਉਹਦੇ ਬਾਅਦ ਨਾ 2021 ਦੇ ਵਿੱਚ ਐਮ ਸੀ ਦੀ ਇਲੈਕਸ਼ਨ ਆਈ ਐਮ ਸੀ ਦੀ ਇਲੈਕਸ਼ਨ ਆਈ ਅਸੀਂ ਪੱਟੀ ਦੇ ਵਿੱਚ ਨਗਰ ਕੌਂਸਲਰ ਦੀ ਉਹਦੇ ਵਿੱਚ ਮੇਰੇ ਘਰ ਦੀਆਂ ਵਾਰਡਾਂ 6 ਤੇ 7 ਵਾਰਡ ਜਿਹ 'ਚ ਸਾਡੇ ਪਰਿਵਾਰ ਦੀਆਂ ਵੋਟਾਂ ਉਹਦੇ 'ਚ ਉਮੀਦਵਾਰ ਖਿਲਾਰੇ ਵੀ ਜਦੋਂ ਆਪਾਂ ਤੁਰੇ ਹਾਂ ਫਿਰ ਆਪਾਂ ਆਪਦੇ ਜਿਹੜੇ ਉਮੀਦਵਾਰ ਉਹ ਖੜ੍ਹੇ ਕੀਤੇ ਉਹਦੇ 'ਚ ਹਰਮਿੰਦਰ ਸਿੰਘ ਗਿੱਲ ਹੈ ਐਮ ਐਲ ਏ ਨੇ ਮੇਰੇ ਨਾਲ ਬੜੀ ਧੱਕੇਸ਼ਾਹੀ ਕਰਾਈ ਉਹਨੂੰ ਵੀਡੀਓ ਵੀ ਵਾਇਰਲ ਹੋਈਆਂ ਮੇਰੇ ਨਾਲ ਕੁੱਟਮਾਰ ਕੀਤੀ ਮੇਰੇ ਪਿਤਾ ਜੀ ਸਾਡੀਆਂ ਪੱਗਾਂ ਲਾਹਤੀਆਂ ਬੜਾ ਕੁਝ ਇਹਨਾਂ ਨੇ ਕੀਤਾ ਸਾਡੇ ਬੂਥ ਭੰਨਤੇ ਪੋਲਿੰਗ ਏਜੰਟ ਸਾਡੇ ਕੁੱਟੇ ਮੈਨੂੰ ਸਾਰਾ ਦਿਨ ਹਵਾਲਾ 'ਚ ਬੰਦ ਰੱਖਿਆ ਬਿਨਾਂ ਕਿਸੇ ਕਸੂਰ ਤੋਂ ਤਾਂ ਭੁੱਲਰ ਸਾਹਿਬ ਜਦੋਂ ਤੁਹਾਡੀ ਇਲੈਕਸ਼ਨ ਜਦੋਂ ਸ਼ੁਰੂ ਹੋਈ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਨਾਊਂਸ ਹੋਏ ਸੀ ਤਾਂ ਜਦੋਂ ਤੁਹਾਡਾ ਨਾਮ ਲਾਲਜੀਤ ਸਿੰਘ ਭੁੱਲਰ ਜਦੋਂ ਤੁਹਾਡੀ ਟਿਕਟ ਅਨਾਊਂਸ ਹੋਈ ਤਾਂ ਆਮ ਇੱਕ ਚਰਚਾ ਸੀਗੀ ਅਧਿਕਾਰੀ ਇੱਕ ਨੇ ਜ਼ਿਕਰ ਕੀਤਾ ਅੰਮ੍ਰਿਤਸਰ ਦੇ ਵਿੱਚ ਕਿ ਮਾਝੇ ਦੇ ਵਿੱਚ ਜੇ ਕੋਈ ਸੀਟ ਸ਼ੋਰ ਆ ਸੀ ਐੱਮ ਸਾਹਿਬ ਤੋਂ ਬਾਅਦ ਉਹਨਾਂ ਦੀ ਅਤੇ ਮਾਝੇ ਦੀ ਸੀਟ ਲਾਲਜੀਤ ਸਿੰਘ ਭੁੱਲਰ ਹੋਣਾ ਦੀ ਆ ਕਿ ਇਸ ਤਰ੍ਹਾਂ ਦੀ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਹਾਲਾਂਕਿ ਅਸੀਂ ਵੀ ਉਸ ਵੇਲੇ ਯਕੀਨ ਨਹੀਂ ਸੀ ਕਰਦੇ ਕਿ ਪੱਟੀ ਆਦੇਸ਼ ਪ੍ਰਤਾਪ ਕੈਰੋ ਨੇ ਹਰਮਿੰਦਰ ਗਿੱਲ ਨੇ ਆਮ ਆਦਮੀ ਪਾਰਟੀ ਦੀ ਸੀਟ ਤਾਂ ਬਾਅਦ ਦੇ ਵਿੱਚ ਜੋ ਨਤੀਜੇ ਉਹ ਸਾਰਿਆਂ ਦੇ ਸਾਹਮਣੇ ਸੀ ਔਰ ਪੱਟੀ ਤੋਂ ਹੀ ਜਿਹੜੀ ਸੀ ਮਾਝੇ ਦੇ ਵਿੱਚ ਜਾਗ ਵੀ ਲੱਗਣੀ ਸ਼ੁਰੂ ਹੋਈ ਕੀ ਕਾਰਨ ਸੀਗਾ ਇਹਦਾ ਕਿ ਜਿਹੜੇ ਲੋਕ ਇੰਨਾ ਤੁਹਾਡੇ ਸਮਰਥਨ ਦੇ ਵਿੱਚ ਜਿਹੜੇ ਉਤਰਨੇ ਸ਼ੁਰੂ ਹੋ ਗਏ ਔਰ ਇੰਨਾ ਤੁਹਾਨੂੰ ਪਿਆਰ ਮਿਲਿਆ ਵੇਖੋ ਜਦੋਂ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਵੇਖੇ ਤਾਂ ਮੈਂ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਸਾਰਾ ਦਿਨ ਲੋਕਾਂ ਦੇ ਵਿੱਚ ਰਹਿਣਾ ਮੈਂ ਹਲਕੇ ਦੇ ਵਿੱਚ ਵਿਚਰਨਾ ਕਿਸੇ ਦਾ ਦੁੱਖ ਨਹੀਂ ਛੱਡਿਆ ਸੁੱਖ 'ਤੇ ਵੀ ਜਾਂਦਾ ਰਿਹਾ ਵਿਆਹਾਂ 'ਤੇ ਮਰਗਾਂ ਦੇ ਭੋਗਾਂ 'ਤੇ ਹਰ ਜਗ੍ਹਾ 'ਤੇ ਮੈਂ ਹਾਜ਼ਰੀ ਭਰੀ ਕਈ ਵਾਰ ਮੈਨੂੰ ਰਾਤ ਦੇ 2-2, 3-3 ਵੱਜ ਜਾਣੇ ਰਾਤ ਨੂੰ 3 ਵਜੇ ਕਈ ਵਾਰ ਤੜਕੇ ਮੈਂ 4 ਵਜੇ ਵੀ ਘਰ ਆਉਂਦਾ ਰਿਹਾ ਅਤੇ ਕਿਸੇ ਦਾ ਕੋਈ ਕੰਮ ਪੈਣਾ ਜੇ ਕੋਈ ਕਿਸੇ ਨਾਲ ਧੱਕਾ ਆਉਣਾ ਉਹਦੇ ਨਾਲ ਖੜ੍ਹਨਾ ਹਰ ਜਗ੍ਹਾ 'ਤੇ ਨਾਲ ਹੋਣਾ ਮੈਂ ਲੋਕਾਂ ਦੇ ਹਲਕੇ ਨੂੰ ਮੈਂ ਪਰਿਵਾਰ ਦੇ ਰੂਪ 'ਚ ਆਪਦੇ ਪਰਿਵਾਰ ਦੀ ਤਰ੍ਹਾਂ ਵੇਖਿਆ ਵੀ ਮੇਰਾ ਪਰਿਵਾਰ ਨੇ ਅਤੇ ਲੋਕਾਂ ਨੂੰ ਵੀ ਇਹ ਮਾਣ ਸੀ ਵੀ ਵਾਕਈ ਯਾਰ ਲਾਲਜੀਤ ਭੁੱਲਰ ਸਾਡੇ ਪਰਿਵਾਰ 'ਚੋਂ ਪੁੱਤ ਦੀ ਤਰ੍ਹਾਂ ਸਾਡੇ ਨਾਲ ਵਰਤਦਾ ਪੁੱਤ ਦੀ ਤਰ੍ਹਾਂ ਸਾਡੇ ਨਾਲ ਵਿਚਰਦਾ ਅਤੇ ਫਿਰ ਮੈਂ ਘਰ ਆਉਣਾ ਅਤੇ ਮੇਰੀ ਰੂਟੀਨ ਬਣੀ 5:30-5 ਵਜੇ ਮੈਂ ਫਿਰ ਉੱਠ ਪੈਣਾ ਵੀ ਕਈ ਵਾਰ ਰਾਤ ਨੂੰ ਮੈਂ ਸੌਂਦਾ ਵੀ ਨਹੀਂ ਰਿਹਾ ਫਿਰ ਉਸੇ ਤਰ੍ਹਾਂ ਤਿਆਰ ਹੋ ਕੇ ਕਈ ਵਾਰ ਮੇਰੀ ਆਦਤ ਬਣੀ ਸੀ ਮੈਂ ਗਰਾਊਂਡ 'ਚ ਸਵੇਰੇ ਜਾਣਾ ਹੀ ਜਾਣਾ ਗਰਾਊਂਡ 'ਚੋਂ ਆ ਕੇ ਫਿਰ ਨਹਾ ਧੋ ਕੇ ਤਿਆਰ ਹੋ ਕੇ ਫਿਰ ਹਲਕੇ 'ਚ ਨਿਕਲ ਜਾਣਾ 2 ਸਾਲ ਕਹਿ ਲਓ ਵੀ ਜਿਵੇਂ ਆਪਾਂ ਇਲੈਕਸ਼ਨ ਲੜਦੇ ਹਾਂ ਹੁਣ ਤਾਂ ਆਹ ਇਲੈਕਸ਼ਨ ਆ 2.5 ਮਹੀਨੇ ਰਹਿ ਗਏ ਆ ਆਪਾਂ 1.5 ਮਹੀਨਾ ਜਾਂ 2 ਮਹੀਨੇ ਇਲੈਕਸ਼ਨ ਲੜਦੇ ਹਾਂ ਮੈਂ ਪੂਰੇ 2 ਸਾਲ ਇਲੈਕਸ਼ਨ ਲੜੀ 2020 ਤੋਂ ਲੈ ਕੇ 2022 ਵਾਲੀ ਜਿਹੜੀ ਚੋਣ ਆ ਉਦੋਂ ਤੱਕ ਮੈਂ ਰਾਤ ਦੇ 2-2, 3-3, 4-4 ਵਜੇ ਤੱਕ ਰਾਤ ਸੌਂ ਕੇ ਵੀ ਨਹੀਂ ਵੇਖਿਆ ਵੀ ਰਾਤ ਦਿਨ ਹੀ ਲੋਕਾਂ 'ਚ ਰਹੇ ਹਾਂ ਤਾਂ ਭੁੱਲਰ ਸਾਹਿਬ ਉਹਦਾ ਨਤੀਜਾ ਵੀ ਤੁਹਾਡੇ ਸਾਹਮਣੇ ਆ ਪਰ ਇੱਕ ਗੱਲ ਹੋਰ ਤੁਹਾਡੇ 'ਤੇ ਜਿਹੜਾ ਮੈਂ ਇਲਜ਼ਾਮ ਨਹੀਂ ਕਹਿ ਸਕਦੇ ਬਟ ਆਮ ਚਰਚਾ ਚੱਲਦੀ ਹੈ ਕਿ ਜਿਹੜੇ ਭੁੱਲਰ ਸਾਹਿਬ ਨੇ ਇਹ ਪਹਿਲਾਂ ਅਕਾਲੀ ਦਲ ਦੇ ਵਿੱਚ ਵੀ ਵੱਡੇ ਅਹੁਦਿਆਂ 'ਤੇ ਰਹੇ ਮਲਾਈਦਾਰ ਅਹੁਦਿਆਂ 'ਤੇ ਰਹੇ ਕਾਂਗਰਸ ਦੇ ਵਿੱਚ ਵੀ ਚੰਗੇ ਅਹੁਦਿਆਂ 'ਤੇ ਰਹੇ ਇਸ ਬਾਰੇ ਸਪਸ਼ਟ ਕਰੋ ਕੀ ਤੁਸੀਂ ਕਹਿਣਾ ਚਾਹੁੰਦੇ ਵੇਖੋ ਜਿਵੇਂ 3.25 ਕਰੋੜ ਲੋਕ ਆ ਪੰਜਾਬ ਦੇ ਵੋਟਰ ਰਹੇ ਆ ਇਹਨਾਂ ਦੇ ਅਕਾਲੀਆਂ ਦੇ ਕਾਂਗਰਸੀਆਂ ਦੇ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਸੀ ਤਾਂ ਉਹ ਕਿਤੇ ਨਾ ਕਿਤੇ ਝੁਕਾ ਹੁੰਦਾ ਸੀ ਵੋਟਰਾਂ ਦਾ ਅਤੇ ਤਾਂ ਹੀ ਸਰਕਾਰ ਬਣਦੀ ਸੀ ਉਹਦੇ ਬਾਅਦ ਜੇ 2017 ਸਰਕਾਰ ਬਣੀ ਕਾਂਗਰਸ ਦੀ ਲੋਕਾਂ ਦਾ ਵੱਧ ਝੁਕਾ ਇਹਨਾਂ ਝੂਠ ਵੱਧ ਮਾਰਤੇ ਵੀ ਘਰ ਘਰ ਨੌਕਰੀ ਦੇਵਾਂਗੇ ਸਾਰਾ ਕਿਸਾਨਾਂ ਦਾ ਕਰਜ਼ਾ ਮਾਫ਼ ਕਈ ਝੂਠ ਮਾਰਤੇ ਅਤੇ ਲੋਕਾਂ ਦਾ ਝੁਕਾ ਇਹਨੂੰ ਹੋ ਗਿਆ ਅਤੇ ਉਸੇ ਤਰ੍ਹਾਂ ਵੋਟਰਾਂ ਦੇ ਝੁਕਾ ਵਾਂਗੂ ਅਸੀਂ ਵੀ ਝੋਕੇ ਇੱਧਰ ਵੋਟਾਂ ਪਾ ਤੀਆਂ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਅਤੇ ਇੱਕ ਪੰਜਾਬ ਦੇ ਵੋਟਰਾਂ ਸਪੋਟਰਾਂ ਦੀ ਜਾਣਕਾਰੀ ਲਈ ਦੱਸਦਾ
2020 'ਚ ਜੇ ਕੋਈ ਮੇਰਾ ਪੋਲੀਟੀਕਲ ਕੈਰੀਅਰ ਸ਼ੁਰੂ ਹੋਇਆ ਉਹ ਆਮ ਆਦਮੀ ਪਾਰਟੀ ਤੋਂ ਸ਼ੁਰੂ ਹੋਇਆ। ਅਕਾਲੀ ਦਲ ਕਾਂਗਰਸ ਦੇ ਵਿੱਚ ਐਜ ਏ ਵੋਟਰ ਆਪਾਂ ਵੋਟ ਜ਼ਰੂਰ ਕਰਦੇ ਰਹੇ ਹਾਂ ਅਤੇ ਉਹ ਸਾਰੀ ਦੁਨੀਆ ਕਰਦੀ ਰਹੀ ਆ। ਪਹਿਲਾਂ ਅਸੀਂ ਅਕਾਲੀ ਦਲ ਨੂੰ ਵੋਟ ਕਰਦੇ ਰਹੇ ਹਾਂ, 2017 'ਚ ਕਾਂਗਰਸ ਨੂੰ ਹਰਮਿੰਦਰ ਗਿੱਲ ਨੂੰ ਵੋਟ ਕੀਤੀ ਸੀ ਅਤੇ ਮੈਂ ਇਹਨਾਂ ਦੋ ਲੀਡਰਾਂ ਦਾ ਧੰਨਵਾਦ ਵੀ ਕਰਦਾ। ਜੇ ਕਿਤੇ ਸਾਡੀ ਇਹ ਇੱਜ਼ਤ ਕਰਦੇ ਜਾਂ ਕੋਈ ਮਾੜੀ ਮੋਟੀ ਗੱਲ ਸੁਣ ਲੈਂਦੇ, ਗਿਆਨ ਨੂੰ ਮਿਲਿਆ ਕਰਦੇ, ਤਾਂ ਹੋ ਸਕਦਾ ਲਾਲਜੀਤ ਭੁੱਲਰ ਇਸ ਮੁਕਾਮ 'ਤੇ ਨਾ ਬੈਠਾ, ਇਹਨਾਂ ਦੇ ਨਾਲ ਹੀ ਖੜਾ ਹੁੰਦਾ ਵੀ ਆਪਾਂ ਕੀ ਲੈਣਾ ਇਹ ਸਿਆਸਤ ਤੋਂ। ਉਹ ਤਾਂ ਜਦੋਂ ਇਹਨੇ ਹਰਮਿੰਦਰ ਗਿੱਲ ਨੇ ਪਰਚਾ ਕਰਾਇਆ ਤਾਂ ਮੇਰੇ ਮਨ 'ਚ ਹੋਇਆ ਵੀ ਯਾਰ ਜੇ ਇੱਕ ਮੇਰੇ ਵਰਗੇ ਆਪਦਾ ਕੰਮ ਕਰਨ ਵਾਲੇ ਬੰਦੇ, ਅਤੇ ਨਾ ਮੈਨੂੰ ਕੋਈ ਕੰਮ ਨਾ ਕੋਈ ਕਾਰ ਨਾ ਮੈਂ ਕਿਸੇ ਕੋਲ ਇਹ ਕੀ ਕਿਸੇ ਦੀ ਚੁਗਲੀ ਕਰਨੀ ਆ ਜਾਂ ਕਿਸੇ 'ਤੇ ਨਜਾਇਜ਼ ਪਰਚਾ ਕਰਾਉਣਾ, ਨਾ ਕੋਈ ਮੈਂ ਕਿਸੇ ਨਾਲ ਧੱਕਾ ਕਰਾਉਣਾ, ਵੀ ਮੇਰੇ ਵਰਗੇ ਇੱਕ ਆਮ ਜਿਹੇ ਬੰਦੇ 'ਤੇ ਪਰਚਾ ਕਰਾ ਕੇ ਇਸ ਤਰ੍ਹਾਂ ਕਰਦੇ ਆ ਅਤੇ ਜਿਹੜੀ ਗਰੀਬ ਬੰਦਾ ਆ ਉਹਦੇ ਨਾਲ ਕੀ ਬਣਦਾ ਹੋਊ। ਸਾਹਿਬ ਤੁਸੀਂ ਤਾਂ 2 ਸਾਲ ਹੋ ਗਏ ਨੇ ਸਰਕਾਰ ਦੇ ਵਿੱਚ, ਕੈਬਨਿਟ ਮਿਨਿਸਟਰ ਰਹੇ ਹੋ, ਤੁਸੀਂ ਤਾਂ ਤੁਹਾਡੇ 'ਤੇ ਤਾਂ ਨਹੀਂ ਕੋਈ ਇਲਜ਼ਾਮ ਲੱਗਦਾ ਕਿ ਤੁਸੀਂ ਕਿਸੇ 'ਤੇ ਨਜਾਇਜ਼ ਪਰਚਾ ਕਰਾਇਆ ਹੋਵੇ ਜਾਂ ਪਰਚਾ ਕਰਾਇਆ ਹੋਵੇ। ਵੇਖੋ ਉਸੇ ਚੀਜ਼ ਨੂੰ ਵੇਖ ਕੇ ਵੀ ਜੇ ਇਹਨੇ ਮੇਰੇ 'ਤੇ ਜਾਂ ਲੋਕਾਂ 'ਤੇ ਨਜਾਇਜ਼ ਪਰਚੇ ਕਰਾਏ ਅਤੇ ਲੋਕਾਂ ਨੇ ਇਹਨਾਂ ਨੂੰ ਘਰੇ ਬਹਾਤਾ ਅਤੇ ਸਾਨੂੰ ਜਿਹੜੀ ਆ ਸੇਵਾ ਦੇ ਤੀ ਪੱਟੀ ਹਲਕੇ ਦੀ ਪੰਜਾਬ ਦੀ। ਤੁਸੀਂ ਆਪ ਲੋਕਾਂ ਦੇ ਵਿੱਚ ਰਹਿੰਦੇ ਹੋ ਕਿਉਂਕਿ ਤੁਸੀਂ ਰਿਪੋਰਟਰ ਹੋ, ਤੁਹਾਨੂੰ ਤਾਂ ਸਾਰੇ ਲੋਕਾਂ ਦੀ ਖਬਰ ਹੁੰਦੀ ਆ, ਲੋਕ ਤੁਹਾਨੂੰ ਵੀ ਤਾਂ ਦੱਸਦੇ ਹੋਣਗੇ ਨਾ। ਪੱਟੀ ਹਲਕੇ ਦੇ ਵਿੱਚ ਨਾ ਮੈਂ ਆਪਣੇ ਕਿਸੇ 'ਤੇ ਨਾ ਕਿਸੇ ਵਿਰੋਧੀ 'ਤੇ ਨਾ ਕਿਸੇ ਹੋਰ 'ਤੇ ਕੋਈ ਨਜਾਇਜ਼ ਪਰਚਾ ਨਹੀਂ ਕਰਾਇਆ, ਕੋਈ ਨਜਾਇਜ਼ ਕਬਜ਼ਾ ਨਹੀਂ ਕਰਾਇਆ, ਕੋਈ ਧੱਕੇਸ਼ਾਹੀ ਨਹੀਂ ਕਰਾਈ। ਜੇ ਕੋਈ ਸਾਡੇ ਬੰਦੇ ਦੇ ਨਾਲ ਵੀ ਕੋਈ ਵਧੀਕੀ ਹੋ ਗਈ ਹੈ ਨਾ, ਮੈਂ ਆਪਦੇ ਬੰਦੇ ਨੂੰ ਵੀ ਇਹੋ ਸਮਝਾਇਆ ਵੀ ਯਾਰ ਰਾਜ਼ੀਨਾਮਾ ਕਰ ਲਓ, ਰਾਜ਼ੀਨਾਮੇ 'ਚ ਫਾਇਦਾ ਜੇ ਪਿੰਡ 'ਚ ਬਹਿ ਕੇ ਰਾਜ਼ੀਨਾਮਾ ਕਰ ਲਓ, ਜੇ ਥਾਣਿਆਂ ਕਚਹਿਰੀਆਂ ਦੇ ਚੱਕਰਾਂ 'ਚ ਪਾਓਗੇ ਉੱਜੜ ਜਾਓਗੇ ਅਤੇ ਤੁਹਾਡਾ ਵੈਰ ਵਧੂਗਾ। ਮੇਰੀ ਤਾਂ ਇਹ ਸੋਚ ਹੈ ਵੀ ਜਿੰਨੇ ਬੰਦੇ ਨੇ ਤਰੱਕੀ ਕਰਨੀ ਆ ਉਹ ਆਪਦੇ ਨਿੱਜੀ ਵੈਰਾਂ ਦੇ ਵਿੱਚ ਨਾ ਪਵੇ, ਲੋਕਾਂ ਦੀ ਸੇਵਾ ਕਰੇ, ਲੋਕਾਂ ਦੇ ਵਿੱਚ ਵਿਚਰੇ, ਲੋਕਾਂ ਦਾ ਜਿਹੜਾ ਕੋਈ ਸਵਾਰ ਸਕਦੇ ਹਾਂ ਨਾ ਆਪਾਂ ਕੰਮ ਉਹ ਕੰਮ ਸਵਾਰੀਏ। ਕਦੀ ਇਸ ਗੱਲ 'ਚ ਨਾ ਪਈਏ ਜੇ ਕੋਈ ਵਾਧਾ ਤੁਹਾਡਾ ਕਰ ਵੀ ਲੈਂਦਾ ਨਾ ਤਾਂ ਉਹਦੇ 'ਚ ਵੀ ਨਾ ਜਾਓ, ਉਹ ਜੇ ਵਾਧਾ ਕਰਦਾ ਤੁਹਾਡਾ ਨੁਕਸਾਨ ਕਰਦਾ ਕੋਈ ਬੰਦਾ ਤੁਸੀਂ ਉਹਨੂੰ ਵੀ ਹੱਥ ਜੋੜ ਦਿਓ। ਜੇ ਤੁਸੀਂ ਹੱਥ ਜੋੜ ਦਿਓਗੇ ਪਰਮਾਤਮਾ ਤੁਹਾਡਾ ਭਲਾ ਕਰੂ, ਤੁਹਾਡਾ ਮਾੜਾ ਨਹੀਂ ਕਰਦਾ। ਪੁੱਤਰ ਸਾਹਿਬ ਲੋਕ ਇਹ ਵੀ ਦੱਸ ਦਿਓ ਫਿਰ, ਅੱਜ ਸਾਰੀਆਂ ਗੱਲਾਂ ਖੋਲ ਹੀ ਰਹੇ ਜੇ, ਜਦੋਂ ਮਿਨਿਸਟਰ ਬਣੇ ਤਾਂ ਫਿਰ ਉਦੋਂ ਕੋਈ ਅਪਰੋਚ ਲਾਈ ਜਿਸ ਤਰ੍ਹਾਂ ਲੋਬਿੰਗ ਕਰਦੇ ਆ, ਕੋਈ ਕਿਤੇ ਲੀਡਰ ਕੋਲ ਜਾਂਦਾ ਕੋਈ ਕਿਸੇ ਲੀਡਰ ਕੋਲ ਜਾਂਦਾ, ਤਾਂ ਮਿਨਿਸਟਰ ਜਦੋਂ ਬਣੇ ਫਿਰ ਤਾਂ ਭਗਵੰਤ ਮਾਨ ਸਾਹਿਬ ਨਾਲ ਤਾਂ ਨੇੜਤਾ ਜੱਗ ਜਾ ਰਹੀ ਆ ਸਾਰੇ ਕਹਿੰਦੇ ਨੇ, ਤਾਂ ਫਿਰ ਉਦੋਂ ਮਿਨਿਸਟਰ ਬਣਨ ਦੇ ਲਈ ਵੀ ਜ਼ੋਰ ਜਮਾਇਸ਼ ਕੀਤੀ ਕਿ ਘਰ ਬੈਠੇ ਤਾਂ ਲੋਕਾਂ ਦੇ ਵਿੱਚ ਹੀ ਫੋਨ ਆਇਆ ਵੀ ਮੰਤਰੀ ਲਈ ਬਣ ਰਹੇ ਹੋ। ਵੇਖੋ ਮੈਨੂੰ ਤਾਂ ਇਹ ਸੀ ਵੀ ਮੈਂ MLA ਬਣ ਗਿਆ, ਇੰਨਾ ਹੀ ਮੈਂ ਇਹਨੇ 'ਚ ਹੀ ਬੜਾ ਖੁਸ਼ ਹਾਂ ਵੀ ਬੜਾ ਵੱਡਾ ਰੁਤਬਾ MLA ਬਣਨਾ, ਕੋਈ ਨਿੱਕੀ ਗੱਲ ਨਹੀਂ ਗੀ। ਹਲਕੇ ਦੇ 2.25 ਲੱਖ ਵੋਟਰ ਦੀ ਕਮਾਂਡ ਕਰਨੀ ਬੜੀ ਵੱਡੀ ਗੱਲ ਆ ਅਤੇ ਮੈਂ MLA ਬਣ ਕੇ ਸੰਤੁਸ਼ਟ ਹਾਂ। ਅਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਲਿਸਟ ਬਣ ਗਈ ਵਜ਼ੀਰਾਂ ਦੀ, ਅਤੇ ਮੈਨੂੰ ਦਿੱਲੀ ਤੋਂ ਸ਼੍ਰੀ ਰਾਘਵ ਚੱਡਾ ਜੀ ਦਾ ਫੋਨ ਆਇਆ ਕਿ ਕੇਜਰੀਵਾਲ ਸਾਹਿਬ ਨੇ ਤੁਹਾਨੂੰ ਬੁਲਾਇਆ। ਮੈਂ ਉੱਥੇ ਗਿਆ ਅਤੇ ਮੈਨੂੰ ਉੱਥੇ ਜਾ ਕੇ ਵੇਖੋ ਮੈਨੂੰ ਜਦੋਂ ਫੋਨ ਆਇਆ ਉਦੋਂ ਮੇਰੇ ਮਨ 'ਚ ਹੋਇਆ ਕਿਤੇ ਨਾ ਕਿਤੇ ਵੀ ਜਿਹੜਾ ਬੁਲਾਇਆ ਆ ਇਹ ਵੀ ਕੋਈ ਨਾ ਕੋਈ ਕਾਰਨ ਹੈਗਾ ਆ ਜਾਂ ਮੈਨੂੰ ਸਰਕਾਰ ਦੇ ਵਿੱਚ ਕੋਈ ਅਹੁਦਾ ਦੇਣਗੇ ਹੋਰ, ਅਤੇ ਪਤਾ ਤਾਂ ਲੱਗ ਹੀ ਜਾਂਦਾ ਜਦੋਂ ਦਿੱਲੀ ਤੋਂ ਸਰਕਾਰ ਬਣੀ ਤੋਂ ਦੂਜੇ ਤੀਜੇ ਦਿਨ ਫੋਨ ਆਇਆ। ਅਤੇ ਉੱਥੇ ਬੁਲਾ ਕੇ ਉਹ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਭੁੱਲਰ ਜੀ ਆਪਕੋ ਮਿਨਿਸਟਰੀ ਮੇ ਲੈ ਰਹੇ ਹਾਂ, ਆਪਕੋ ਬੜੀ ਜ਼ਿੰਮੇਦਾਰੀ ਦੇਣੀ ਹੈ। ਅਤੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਵੀ ਕੇਜਰੀਵਾਲ ਸਾਹਿਬ ਤੁਸੀਂ ਤਾਂ ਅੱਗੇ ਬੜਾ ਵੱਡਾ ਮਤਲਬ ਰੈਂਕ ਦਿੱਤਾ, MLA ਬਣਾਤਾ, ਟਿਕਟ ਦਿੱਤੀ ਆ, ਤੁਸੀਂ ਵੱਡਾ ਮਾਣ ਦਿੱਤਾ, ਅਤੇ ਉਹਦੇ ਬਾਅਦ ਜ਼ਿੰਮੇਵਾਰੀ ਮਿਲੀ। ਆਮ ਆਦਮੀ ਪਾਰਟੀ ਉਹ ਪਾਰਟੀ ਆ ਇਹਦੇ 'ਚ ਅਪਰੋਚ ਕਰਨ ਦੀ ਜਾਂ ਕੋਈ ਪੈਸੇ ਦੇਣ ਦੀ ਲੋੜ ਨਹੀਂ, ਇਹਦੇ 'ਚ ਮੈਰਿਟ ਦੇ ਆਧਾਰ 'ਤੇ ਫੈਸਲੇ ਕੀਤੇ ਜਾਂਦੇ ਆ। ਆਮ ਆਦਮੀ ਪਾਰਟੀ ਤੁਹਾਡੇ ਕੀਤੇ ਕੰਮ ਨੂੰ ਵੇਖ ਕੇ ਉਹਦਾ ਮਿਹਨਤਾਨਾ ਦਿੰਦੀ ਆ। ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ MLA ਦੇ ਵੀ ਸਰਵੇ ਦੇ ਆਧਾਰ 'ਤੇ ਟਿਕਟਾਂ ਦਿੱਤੀਆਂ ਗਈਆਂ, ਉਹਦੇ ਬਾਅਦ
ਮਨਿਸਟਰੀਆਂ ਵੀ ਉਹਨਾਂ ਵਜ਼ੀਰਾਂ ਨੂੰ ਦਿੱਤੀਆਂ ਗਈਆਂ ਜਿਹੜੇ ਕੰਮ ਕਰਨ ਦੇ ਯੋਗ ਸਨ, ਜਿਹੜੇ ਮਿਹਨਤ ਕਰਨ ਦੇ ਯੋਗ ਸਨ, ਉਹਨਾਂ ਬੰਦਿਆਂ ਨੂੰ ਦਿੱਤੀਆਂ। ਅਤੇ ਹੁਣ MP ਦੀਆਂ ਟਿਕਟਾਂ ਵੀ ਉਹਨਾਂ ਵਜ਼ੀਰਾਂ ਨੂੰ ਵਿੱਚੋਂ ਕੱਢ ਕੇ ਅਤੇ ਉਹਨਾਂ ਕੈਂਡੀਡੇਟਾਂ ਨੂੰ ਦਿੱਤੀਆਂ ਜਿਨ੍ਹਾਂ ਨੂੰ ਲੋਕ ਚਾਹੁੰਦੇ ਆ। ਆਮ ਆਦਮੀ ਪਾਰਟੀ, ਮੈਂ ਸਾਰੇ ਪੰਜਾਬ ਦੇ ਆਵਾਮ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਵੇਖੋ ਚੰਗੀ ਪਾਰਟੀ ਆ, ਨਹੀਂ ਤਾਂ ਪੁਰਾਣੀਆਂ ਪਾਰਟੀਆਂ ਦੇ ਵਿੱਚ ਬੰਦਿਆਂ ਦੇ ਸਾਰੀ ਸਾਰੀ ਉਮਰ ਲੰਘ ਜਾਣੀ, ਜਾਇਦਾਦਾਂ ਵਿਕ ਜਾਣੀਆਂ, ਘਰ ਲੇਖੇ ਲੱਗ ਜਾਣੇ, ਕਈ ਕਈ ਗੱਡੀਆਂ ਭਰ ਲੈਣੀਆਂ ਅਤੇ ਇੱਕ ਪਿੰਡ ਦੀ ਸਰਪੰਚੀ ਤੱਕ ਨਹੀਂ ਇਹ ਲੋਕ ਪਹੁੰਚਣ ਦਿੰਦੇ। ਅਤੇ ਆਮ ਆਦਮੀ ਪਾਰਟੀ ਕਰਕੇ ਹੀ ਅਸੀਂ ਜਿਹੜੇ ਆਮ ਘਰਾਂ ਦੇ ਮੁੰਡੇ ਕੁੜੀਆਂ MLA ਵਜ਼ੀਰ ਅਤੇ ਗਾਉਣ MP ਬਣਨਾ। ਅੱਛਾ, ਮੈਂ ਹੁਣ ਤੁਹਾਡੇ ਕੋਲ ਦੋ ਤਿੰਨ ਸਿਆਸੀ ਸਵਾਲ ਲੈਣੇ। ਸਭ ਤੋਂ ਪਹਿਲਾਂ ਭੁੱਲਰ ਸਾਹਿਬ, ਲੋਕਾਂ ਨੇ ਤੁਹਾਨੂੰ ਵੋਟਾਂ ਪਾ ਦਿੱਤੀਆਂ, 2 ਸਾਲ ਤੁਸੀਂ ਲੋਕਾਂ ਦੇ ਵਿੱਚ ਰਹੇ, ਹੁਣ ਕਾਂਗਰਸ ਦੇ ਉਮੀਦਵਾਰ ਵੀ ਨੇ ਆ ਰਹੇ ਮੈਦਾਨ 'ਚ, ਅਕਾਲੀ ਦਲ ਦੇ ਵੀ ਆ ਰਹੇ ਨੇ, ਉਹ ਕਹਿੰਦੇ ਨੇ ਕਿ ਇਹਨਾਂ ਨੇ ਕੋਈ ਪੰਜਾਬ ਦਾ ਕੋਈ ਕੰਮ ਨਹੀਂ ਕਰਾਇਆ, ਦਿੱਲੀ ਤੋਂ ਸਰਕਾਰ ਚੱਲਦੀ ਆ, ਤੁਸੀਂ ਲੋਕਾਂ 'ਚ ਜਾਣਾ, 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਤੁਸੀਂ ਵੋਟਾਂ ਮੰਗਣੀਆਂ, ਕਿਉਂ ਲੋਕ ਵੋਟਾਂ ਪਾਉਣ ਤੁਹਾਨੂੰ? ਇਹ ਤੁਸੀਂ ਆਪਣੇ ਜ਼ਰੂਰ ਜੇ ਦੱਸੋ ਸਾਨੂੰ ਕਿ ਲੋਕਾਂ ਨੇ ਕੀ ਅਜਿਹੇ ਕਾਰਨ ਨੇ ਕਿ ਆਮ ਆਦਮੀ ਪਾਰਟੀ ਕੀ ਵੋਟ ਲੋਕਾਂ ਦੇ ਜੋ ਵਾਅਦੇ ਕੀਤੇ ਸੀ ਉਹਨਾਂ 'ਤੇ ਖਰੇ ਉਤਰ ਪਾਈ ਹੈ? ਵੇਖੋ, ਪਹਿਲੀ ਤਾਂ ਗੱਲ ਤੁਹਾਡੀ, ਇਸ ਗੱਲ ਦਾ ਮੈਂ ਜਵਾਬ ਦੇਵਾਂ ਵੀ ਜਿਹੜੇ ਕਹਿੰਦੇ ਦਿੱਲੀ ਤੋਂ ਸਰਕਾਰ ਚੱਲਦੀ ਆ, ਸਰਕਾਰ ਚਲਾਉਂਦੇ ਆ ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਉਹਨਾਂ ਦੇ ਕੀਤੇ ਫੈਸਲਿਆਂ 'ਤੇ ਹੀ ਸਰਕਾਰ ਦੀ ਜਿਹੜੀ ਕੈਬਨਿਟ ਆ ਉਹ ਮੋਹਰ ਲਾਉਂਦੀ ਆ, ਉਹਨਾਂ ਦੇ ਕੀਤੇ ਫੈਸਲਿਆਂ 'ਤੇ ਹੀ ਜਿਹੜੇ ਸਰਕਾਰੀ ਅਫਸਰ ਨੇ IAS IPS ਉਹ ਮੋਹਰ ਲਾਉਂਦੇ ਆ। ਸਰਦਾਰ ਭਗਵੰਤ ਸਿੰਘ ਮਾਨ ਵਧੀਆ ਫੈਸਲੇ ਲੈਣ ਦੇ ਸਮਰੱਥ ਨੇ, ਵਧੀਆ ਮੁੱਖ ਮੰਤਰੀ ਸਾਬਤ ਹੋਏ ਆ। ਵੇਖੋ, ਪਹਿਲੀਆਂ ਸਰਕਾਰਾਂ ਇਹ ਕਹਿੰਦੀਆਂ ਜ਼ਰੂਰ ਹੀ ਵੀ ਅਸੀਂ SC ਅਤੇ BC ਪਰਿਵਾਰਾਂ ਨੂੰ 264 ਮਾਫ਼ ਕੀਤਾ, ਕਿਤਾਬਾਂ ਦੇ ਵਿੱਚ ਹੀ ਕਦੀ ਕਿਸੇ ਦਾ 0 ਬਿੱਲ ਆਇਆ ਸੀ? ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਪਹਿਲੇ 3 ਮਹੀਨਿਆਂ 'ਚ 664 ਮਾਫ਼ ਕਰਤਾ 2 ਮਹੀਨਿਆਂ ਦਾ। 90% ਲੋਕਾਂ ਨੂੰ, ਮੈਂ ਆਪ ਲੋਕਾਂ ਦੇ ਵਿੱਚ ਰਹਿੰਦਾ, ਲੋਕਾਂ ਨੂੰ ਪੁੱਛੀਏ ਤਾਂ 90% ਲੋਕਾਂ ਦਾ 0 ਬਿੱਲ ਆਉਂਦੇ ਆ। ਗਰੀਬ ਪਰਿਵਾਰਾਂ ਦੇ ਲੱਖ ਲੱਖ, ਡੇਢ ਡੇਢ ਦੋ ਦੋ ਲੱਖ ਬਿੱਲ ਜੁੜੇ ਸੀ, ਤਾਰਾਂ ਕੱਟੀਆਂ ਸੀ, ਮੀਟਰ ਲੱਥੇ, ਵਿਚਾਰੇ ਹਨੇਰੇ 'ਚ ਰਾਤਾਂ ਕੱਟਣ ਨੂੰ ਮਜਬੂਰ ਹੁੰਦੇ ਸੀ, ਉਹ ਸਾਰੇ ਪੁਰਾਣੇ ਬਕਾਏ ਮਾਫ਼ ਕਰਤੇ, ਲੋਕਾਂ ਦੇ ਮੀਟਰ ਲੱਗ ਗਏ, ਲੋਕ ਸੌਖੇ ਹੋ ਗਏ। ਉਹਦੇ ਬਾਅਦ ਮੁਹੱਲਾ ਕਲੀਨਿਕ ਖੁੱਲ੍ਹੇ ਜਿਨ੍ਹਾਂ ਦੇ ਵਿੱਚ ਇਲਾਜ ਫ੍ਰੀ, ਦਵਾਈਆਂ ਫ੍ਰੀ, ਟੈਸਟ ਫ੍ਰੀ, ਹੋਰ ਕਈ ਸਹੂਲਤਾਂ ਜਿਹੜੀਆਂ ਇਹਨਾਂ ਬੰਦ ਕੀਤੀਆਂ ਸੀ ਪੰਜਾਬ ਗੌਰਮੈਂਟ, ਪਿਛਲੀ ਕਾਂਗਰਸ ਗੌਰਮੈਂਟ ਨੇ, ਆਮ ਆਦਮੀ ਪਾਰਟੀ ਨੇ ਆ ਕੇ ਹੌਸਪਿਟਲਾਂ 'ਚ ਉਹ ਚਲਾਈਆਂ। ਫਿਰ ਸਕੂਲ ਆਫ ਐਮੀਨੈਂਸ, ਜਿਹੜੇ ਹਰ ਹਲਕੇ ਦੇ ਵਿੱਚ ਇੱਕ ਸਕੂਲ ਬਣਾਇਆ, ਉਹਦੇ 'ਚ ਬੱਚਿਆਂ ਦੀ ਪੜ੍ਹਾਈ ਵੀ ਵਧੀਆ ਹੋਵੇਗੀ, ਬੱਚਿਆਂ ਨੂੰ ਕਿਤਾਬਾਂ, ਬੈਗ, ਚੰਗੀ ਕੁਆਲਿਟੀ ਦੀ ਜਿਹੜੀ ਯੂਨੀਫੋਰਮ, ਚੰਗੀ ਕੁਆਲਿਟੀ ਦੇ ਸ਼ੂ, ਹੋਰ ਕਈ ਸਹੂਲਤਾਂ ਮਿਲਣਗੀਆਂ। ਬੱਚਿਆਂ ਨੂੰ ਵਜ਼ੀਫਾ ਵੀ ਦਿੱਤਾ ਜਾਇਆ ਕਰੂ, ਜਿਹੜੇ ਇੰਟੈਲੀਜੈਂਟ ਬੱਚੇ ਆ ਉਹ ਇੱਕ ਹਲਕੇ ਦੇ ਵਿੱਚ ਇਹੋ ਜਿਹਾ ਸਕੂਲ ਹੋਇਆ ਕਰੂ, ਉਹ ਸਕੂਲ ਆਫ ਐਮੀਨੈਂਸ, ਜਿਹੜੇ ਉਹ 'ਚ ਪੜ੍ਹਨਗੇ ਉਹ ਬੱਚੇ ਜਿੱਥੋਂ ਤੱਕ ਮਰਜ਼ੀ ਪੜ੍ਹਾਈ ਕਰਨ, ਸਾਰੀ ਪੜ੍ਹਾਈ ਸਰਕਾਰ ਵੱਲੋਂ ਫ੍ਰੀ ਹੋਵੇਗੀ, ਉਹ ਬੱਚੇ ਬਾਹਰ ਜਾਣ ਦੇ ਸਮਰੱਥ ਵੀ ਹੋਣਗੇ। ਫਿਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਦਵਾਈ ਗਈ ਤਾਂ ਜੋ ਆ ਕੇ ਸਾਡੇ ਬੱਚਿਆਂ ਨੂੰ ਸਿੰਗਾਪੁਰ ਅਤੇ ਬਾਹਰ ਦੀ ਤਰਜ਼ 'ਤੇ ਸਾਡੇ ਬੱਚਿਆਂ ਨੂੰ ਜਿਹੜੀ ਆ ਉਹ ਪੜ੍ਹਾਈ ਕਰਾ ਸਕਣ, ਅਤੇ ਸਾਡੇ ਬੱਚੇ ਜਿਹੜੇ ਆ ਵਿਦੇਸ਼ਾਂ ਨੂੰ ਵੱਧ ਤਰੱਕੀ ਕਰਨ। ਸਾਡਾ ਦੇਸ਼, ਸਾਡਾ ਪੰਜਾਬ ਇੱਕ ਨੰਬਰ ਦਾ ਸੂਬਾ ਅਤੇ ਇੱਕ ਨੰਬਰ ਦਾ ਦੇਸ਼ ਬਣਾਉਣ ਦੇ ਵਿੱਚ ਪੰਜਾਬ ਦੇ ਬੱਚੇ ਸਹਾਈ ਹੋਣ। ਹੋਰ ਕਈ ਸਹੂਲਤਾਂ ਦਿੱਤੀਆਂ ਸਾਡੀ ਸਰਕਾਰ ਨੇ ਆ ਕੇ, 12,500 ਏਕੜ ਜ਼ਮੀਨ ਲੋਕਾਂ ਦੇ ਕਬਜ਼ਿਆਂ ਹੇਠੋਂ ਛਡਾਈ, ਹੋਰ ਵੀ ਆਉਣ ਵਾਲੇ ਸਮੇਂ 'ਚ ਹੋਣਾ, ਚੋਣ ਜ਼ਾਬਤਾ ਲੱਗ ਗਿਆ, ਚੋਣ ਜ਼ਾਬਤੇ ਤੋਂ ਬਾਅਦ ਫਿਰ ਜ਼ਮੀਨਾਂ ਛਡਾਵਾਂਗੇ ਜਿਹੜੀਆਂ ਲੋਕਾਂ ਦੇ ਕਬਜ਼ਿਆਂ ਹੇਠ, ਨਹੀਂ ਤਾਂ ਪਿਛਲੀਆਂ ਸਰਕਾਰਾਂ 'ਚ ਇਹ ਆਪਦੇ ਸਾਥੀਆਂ ਨੂੰ ਅਤੇ ਆਪ ਹੀ ਕਬਜ਼ੇ ਕਰਦੇ ਸਨ। ਟਰਾਂਸਪੋਰਟ ਮਹਿਕਮੇ ਦਾ ਵੀ ਦੱਸ ਦਿਓ ਕਿ ਟਰਾਂਸਪੋਰਟ ਮਹਿਕਮੇ ਦੇ ਵਿੱਚ ਕੋਈ ਬੱਸ ਬੁੱਸ ਤੁਸੀਂ ਤਾਂ ਨਹੀਂ ਪਾਈ, ਨਹੀਂ ਤਾਂ ਪਿਛਲੇ ਸਮੇਂ ਦੇ ਵਿੱਚ ਇਹ ਲੱਗਦਾ ਹੁੰਦਾ ਸੀਗਾ ਕਿ ਟਰਾਂਸਪੋਰਟ ਦੇ ਉੱਤੇ ਸਿਆਸੀ ਸਰਕਾਰਾਂ, ਉਹਨਾਂ ਦਾ ਹੀ ਕਬਜ਼ਾ ਰਹਿੰਦਾ ਜਿਨ੍ਹਾਂ ਦੀ ਸਰਕਾਰ। ਵੇਖੋ, 2 ਸਾਲ ਤੋਂ ਵੱਧ ਸਮਾਂ ਲੰਘ ਗਿਆ,
ਜੇ ਮੇਰੀ ਥਾਂ 'ਤੇ ਕੋਈ ਹੋਰ ਵਜ਼ੀਰ ਹੁੰਦਾ ਕਾਂਗਰਸ ਦਾ, ਅਕਾਲੀ ਦਲ ਦਾ, ਆਪਦੇ ਰਿਸ਼ਤੇਦਾਰਾਂ ਨਾਲ ਰਲ ਮਿਲ ਕੇ ਜਾਂ ਆਪਦੇ ਕਿਸੇ ਸੰਗੀ ਸਾਥੀ ਨਾਲ ਰਲ ਕੇ ਹੁਣ ਤੱਕ 100 ਕੁ ਬੱਸ ਪਾ ਲੈਣੀ ਸੀ। ਨਾ ਲਾਲਜੀਤ ਭੁੱਲਰ ਨੇ ਆਪਦੇ ਕਿਸੇ ਸੰਗੀ ਸਾਥੀ ਨੂੰ, ਨਾ ਕਿਸੇ ਰਿਸ਼ਤੇਦਾਰ ਨੂੰ, ਅਤੇ ਨਾ ਆਪ ਇੱਕ ਵੀ ਪਰਮਿਟ ਦਿੱਤਾ ਹੋਵੇ ਤਾਂ ਇਹ ਸ਼ੋਅ ਕਰ ਦੇਣ, ਦੱਸ ਦੇਣ ਵੀ ਲਾਲਜੀਤ ਭੁੱਲਰ ਨੇ ਆਪਦੇ ਕਿਸੇ ਰਿਸ਼ਤੇਦਾਰ ਨੂੰ ਸੁਧਾਰ ਹੋਇਆ। ਕੀ ਕਹਿਣਾ ਚਾਹੁੰਦੇ ਟਰਾਂਸਪੋਰਟ ਮਹਿਕਮੇ 'ਚ ਕੋਈ ਉਪਲਬਧੀ ਜੇ ਦੱਸਣੀ ਚਾਹੋ? ਵੈਸੇ ਦਿੱਲੀ ਨੂੰ ਬੱਸਾਂ ਜਿਹੜੀਆਂ ਜਾ ਰਹੀਆਂ ਨੇ ਪਹਿਲਾਂ ਤਾਂ ਚੱਲਦੀਆਂ ਨਹੀਂ ਸੀਗੀਆਂ, ਕਿਹੜੇ ਕਿਹੜੇ ਕੰਮ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਹ ਮੀਲ ਪੱਥਰ ਸਾਬਤ? ਦੇਖੋ, ਪਿਛਲੀ ਸਰਕਾਰ ਭਾਵੇਂ ਰਹੀ ਅਕਾਲੀ ਦਲ ਦੀ ਅਤੇ ਭਾਵੇਂ ਕਾਂਗਰਸ ਦੀ ਸਰਕਾਰ ਰਹੀ, ਇਹਨਾਂ ਨੇ ਮਿਲੀ ਭੂਤ ਕਰਕੇ ਬਾਦਲ ਪਰਿਵਾਰ ਨਾਲ ਇੱਕੋ ਪਰਿਵਾਰ ਦੀਆਂ ਬੱਸਾਂ ਜਾਂਦੀਆਂ ਰਹੀਆਂ ਦਿੱਲੀ ਏਅਰਪੋਰਟ ਨੂੰ। ਪੰਜਾਬ ਇੱਕ ਬਾਅਦ ਸੂਬਾ ਜਿਹਦੇ 'ਚੋਂ ਦਿੱਲੀ ਏਅਰਪੋਰਟ ਨੂੰ ਸਰਕਾਰੀ ਬੱਸਾਂ ਚੱਲਦੀਆਂ ਸਾਡੀਆਂ, ਇਹ PRTC ਦੀਆਂ, ਪਨ ਬੱਸ ਦੀਆਂ ਅਤੇ ਪੰਜਾਬ ਰੋਡਵੇਜ਼ ਦੀਆਂ। ਲੋਕਾਂ ਦਾ ਕਿਰਾਇਆ ਜਿਹੜਾ ਤੀਜੇ ਹਿੱਸੇ 'ਚ ਕੀਤਾ ਆ, ਜਿਹੜਾ ਕਿ ਇੱਕੋ ਪਰਿਵਾਰ ਨੂੰ ਜਾਂਦਾ ਸੀ, 3,000, 3,500, 4,500 ਤੱਕ ਵੀ ਕਿਰਾਇਆ ਵਸੂਲ ਦੇ ਰਹੇ ਆ, ਅਤੇ ਆਪਣਾ ਹੁਣ 1,100, 1,150 ਰੁਪਈਆ ਕਿਰਾਇਆ, ਉਹ ਆਪਣੀ ਜਿਹੜੀ ਕਿਰਾਇਆ ਘੱਟ ਹੋਣ ਕਾਰਨ ਇਹਨਾਂ ਦੀ ਮਲੋਪਣੀ ਟੁੱਟ ਗਈ ਬਾਦਲ ਪਰਿਵਾਰ ਦੀ, ਇਹਨਾਂ ਨੇ ਵੀ ਕਿਰਾਇਆ ਹੁਣ 1,700, 1,800 ਰੁਪਈਆ ਕਰਤਾ। ਅਤੇ ਮੇਨ ਗੱਲ ਤਾਂ ਇਹ ਹੁੰਦੀ ਲੋਕਾਂ ਦੀ ਜੇਬ ਦੀ ਬੱਚਤ ਹੋਵੇ, ਅਤੇ ਜਿਹੜੀ ਇੱਕ ਪਰਿਵਾਰ ਦੀ ਮਨੋਪਲੀ ਉਹ ਟੁੱਟ ਜੇ। ਅਸੀਂ ਤੋੜੀ ਆ ਕੇ ਸਰਦਾਰ ਭਗਵੰਤ ਸਿੰਘ ਮਾਨ ਨੇ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਨਹੀਂ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਲੁੱਟ ਹੁੰਦੀ ਰਹੀ, ਉਹ ਜਿਹੜੀ NRI ਭੈਣਾਂ ਭਰਾਵਾਂ ਦੀ ਲੁੱਟ ਹੁੰਦੀ ਏਅਰਪੋਰਟ 'ਤੇ ਜਾਣ ਲਈ, ਉਹ ਕਿਹਦੀ? ਪੰਜਾਬ ਦੇ ਲੋਕਾਂ ਦਾ ਪੈਸਾ ਜਾਂਦਾ ਸੀ, ਪੰਜਾਬ ਦਾ ਪੈਸਾ ਜਾਂਦਾ ਸੀ। ਇੱਕ ਤਾਂ ਉਹ ਲੁੱਟ ਬੰਦ ਕਰਤੀ, ਪਿਛਲੇ ਸਾਲ 2022-23 ਦੌਰਾਨ 660 ਕਰੋੜ ਰੁਪਈਆ ਕਾਂਗਰਸ ਦੀ ਗੌਰਮੈਂਟ ਨਾਲੋਂ ਇੱਕ ਸਾਲ ਦੇ ਵਿੱਚ ਵੱਧ ਮੁਨਾਫਾ ਆਇਆ ਵਾ, ਅਤੇ ਆਉਣ ਵਾਲੇ ਸਮੇਂ 'ਚ ਹੋਰ ਵੱਧ ਮੁਨਾਫਾ ਕਰਾਂਗੇ। ਜਿਹੜੇ ਸਾਡੇ ਬੱਸ ਸਟੈਂਡ ਆ ਉਹਨਾਂ ਦੀ ਖੁੱਲ੍ਹੀ ਓਪਨ ਬੋਲੀ ਹੁੰਦੀ ਆ ਵੀ ਜਿਹੜਾ ਮਰਜ਼ੀ ਬੋਲੀ ਦੇਵੇ, ਜਿਹੜਾ ਵੱਧ ਪੈਸੇ ਦਊ ਉਹਨੂੰ, ਬੱਸ ਸਟੈਂਡ ਦੀ ਕੰਟੀਨ, ਬੱਸ ਸਟੈਂਡ ਦੀ ਪਾਰਕਿੰਗ, ਬੱਸ ਸਟੈਂਡ ਦੀ ਐਡਵਰਟਾਈਜਮੈਂਟ, ਹੋਰ ਜਿਹੜੀਆਂ ਵਿੱਚ ਚੀਜ਼ਾਂ ਦੀਆਂ, ਬੱਸ ਦੀ ਪਰਚੀ ਕੱਟਣੀ, ਉਹ ਠੇਕਾ ਉਹ ਬੰਦੇ ਨੂੰ ਜਾਊ ਜਿਹੜਾ ਵੱਧ ਪੈਸੇ ਦਊ। ਅਤੇ ਪਿਛਲੀਆਂ ਸਰਕਾਰਾਂ 'ਚ ਵਿੱਚ ਮੰਤਰੀ ਦਾ ਹਿੱਸਾ, ਵਿੱਚ MLA ਦਾ ਹਿੱਸਾ, ਵਿੱਚ ਸੰਬੰਧਿਤ ਅਫਸਰਾਂ ਦਾ ਹਿੱਸਾ, ਉਹ ਸਾਰੇ ਕੰਮ ਬੰਦ ਹੋ ਗਏ ਆ। ਟਰਾਂਸਪੋਰਟ ਮਹਿਕਮਾ ਵੀ ਜਿਹੜਾ ਵਾ ਉਹ ਬੁਲੰਦੀਆਂ ਲੱਗਿਆ, ਪੰਚਾਇਤ ਮਹਿਕਮਾ ਵੀ ਬੁਲੰਦੀਆਂ, ਹੋਰ ਸਾਡੇ ਪੰਜਾਬ ਦੇ ਜਿੰਨੇ ਮਹਿਕਮੇ ਆ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਬੜੀ ਵੱਡੀ ਇਨਕਮ ਸੋਰਸ ਜਿਹੜੇ ਉਹ ਪੈਦਾ ਕਰਤੇ ਆ। ਵੇਖੋ, ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ, ਹੁਣ ਘਰ ਘਰ ਆਟੇ ਦੀ ਸਹੂਲਤ, ਹੋਮ ਡਿਲੀਵਰੀ ਹੋਣ ਲੱਗ ਪਈ ਆ, ਹੈ, ਕਣਕ ਜਿਹੜੀ ਆ ਉਹ ਸਮੇਂ ਸਿਰ ਪੂਰੀ ਮਿਲ ਲੱਗ ਪਈ ਆ। ਨਹੀਂ ਭੁੱਲੋ ਸਾਹਿਬ, ਆਪਣੇ ਕੋਲ ਬਿਲਕੁਲ ਸਮਾਂ ਥੋੜ੍ਹਾ, ਦੋ ਸਵਾਲ ਛੋਟੇ ਛੋਟੇ ਲੈਣੇ। ਇੱਕ ਤਾਂ ਇਹ ਦੱਸਿਓ ਕਿ ਤੁਸੀਂ ਹੁਣ ਲੋਕਾਂ 'ਚ ਜਾਣਾ ਸ਼ੁਰੂ ਕੀਤਾ ਜਦੋਂ ਦੀ ਟਿਕਟ ਮਿਲੀ ਆ, ਪਤਾ ਤਾਂ ਲੱਗਦਾ ਹੀ ਆ ਤੁਹਾਡੇ ਵੀ ਜਿਹੜੇ ਲੋਕ ਮਿਲਣ ਆਉਂਦੇ ਜਾਂ ਜਾਂਦੇ, ਤਾਂ ਤੁਹਾਨੂੰ ਕੀ ਲੱਗਦਾ ਕਿਵੇਂ ਦਾ ਰਿਸਪੋਂਸ ਮਿਲ ਰਿਹਾ, ਜੇ ਇਹਦਾ ਸੰਖੇਪ ਜਾਂ ਆਨਸਰ ਦਿਓ? ਰਿਸਪੋਂਸ ਬੜਾ ਵਧੀਆ ਮਿਲਦਾ ਪਿਆ, ਲੋਕ ਖੁਸ਼ ਆ। ਜਿਨ੍ਹਾਂ ਲੋਕਾਂ ਦਾ ਜੀਰੋ ਬਿੱਲ ਆਉਂਦਾ ਉਹ ਕਿਵੇਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਭੁਲਾਉਣਗੇ? ਲੋਕ ਨਾਲ ਸੀਸਾਂ ਦਿੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਨੂੰ, ਅਤੇ ਨਾਲੇ ਕਹਿੰਦੇ ਆ ਵੀ ਅਸੀਂ, ਸਾਡੀ ਵੋਟ ਉਹਨੂੰ ਪੈਣੀ ਆ ਜਿਹਨੇ ਸਾਡਾ ਜੀਰੋ ਬਿੱਲ ਕਰਤਾ, ਸਾਡੀ ਵੋਟ ਉਹਨੂੰ ਪੈਣੀ ਆ ਜਿਹਨੇ ਸਾਡੇ ਬਜ਼ੁਰਗਾਂ ਦਾ ਇਲਾਜ ਫ੍ਰੀ ਕਰਾਇਆ, ਸਾਡੀ ਵੋਟ ਉਹਨੂੰ ਪੈਣੀ ਆ ਜਿਹਨੇ ਸਾਨੂੰ ਤੀਰਥ ਯਾਤਰਾ 'ਤੇ ਅਨੰਦਪੁਰ ਸਾਹਿਬ, ਵੱਡੇ ਵੱਡੇ ਤੀਰਥ ਸਥਾਨਾਂ 'ਤੇ, ਬਾਲਾ ਜੀ, ਸਾਲਾਸਰ, ਹੋਰ ਕਈ ਜਿਹੜੇ ਧਾਰਮਿਕ ਸਥਾਨ ਆ ਉੱਥੇ ਸਾਨੂੰ ਮੱਥੇ ਟਿਕਵਾਏ, ਦਰਸ਼ਨ ਕਰਾਏ ਆ। ਵੇਖੋ, ਨਾਲ AC ਬੱਸਾਂ ਕੀਤੀਆਂ, ਨਾਲ AC ਟ੍ਰੇਨਾਂ, ਜਿਨ੍ਹਾਂ ਦੇ ਉੱਤੇ ਭਾਵੇਂ ਸਾਡੇ ਬਜ਼ੁਰਗ, ਸਾਡੇ ਨੌਜਵਾਨ ਬੱਚੇ ਬੱਚੀਆਂ, ਭਾਵੇਂ ਸਾਡੇ ਮਾਤਾ ਪਿਤਾ, ਹਰ ਬੰਦਾ ਜਾ ਕੇ ਜਿਹੜਾ ਵਾ ਮਹਾਰਾਜ ਗੁਰੂ ਪਾਤਸ਼ਾਹ ਦੇ ਦਰਸ਼ਨ ਕਰ ਸਕਦਾ। ਜੇ ਕਿਸੇ ਨੇ ਅਜਮੇਰ ਸ਼ਰੀਫ ਜਾਣਾ, ਅਜਮੇਰ ਸ਼ਰੀਫ ਜਾਵੇ, ਜੇ ਕਿਸੇ ਨੇ ਬਾਲਾ ਜੀ ਦੇ ਸਾਲਾਸਰ ਜਾਣਾ ਉੱਥੇ ਜਾਵੇ, ਅਨੰਦਪੁਰ ਸਾਹਿਬ ਜਾਣਾ, ਹੋਰ ਵੀ ਜਿੰਨੇ ਵੀ ਸਾਡੇ ਪਾਵਨ ਪਵਿੱਤਰ ਸਥਾਨ ਨੇ, ਹਜ਼ੂਰ ਸਾਹਿਬ, ਹਰ ਜਗ੍ਹਾ 'ਤੇ ਜਾਣ ਲਈ ਬੱਸਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਚਲਾਈਆਂ, ਅਤੇ ਲੋਕ ਸੰਤੁਸ਼ਟ ਨੇ, ਲੋਕ ਖੁਸ਼ ਨੇ। ਲੋਕ ਪਿਛਲੀਆਂ ਸਰਕਾਰਾਂ ਦੇ 5 ਸਾਲ ਦੇ ਕਾਰਜਕਾਲ ਅਤੇ ਆਮ ਆਦਮੀ ਪਾਰਟੀ ਦੇ 2 ਸਾਲਾਂ ਦੇ ਕਾਰਜਕਾਲ 'ਚ ਜ਼ਮੀਨ ਅਸਮਾਨ ਦਾ ਅੰਤਰ ਦੱਸਦੇ ਆ। ਲੋਕ ਦੱਸਦੇ ਆ
ਵੀ ਪਹਿਲੀ ਸਰਕਾਰ ਹੈ ਜਿਹਨੇ 41,000 ਦੇ ਕਰੀਬ ਬੱਚੇ ਬੱਚੀਆਂ ਨੂੰ ਨੌਕਰੀਆਂ ਪਹਿਲੇ 2 ਸਾਲਾਂ 'ਚ ਦੇ ਦਿੱਤੀਆਂ, ਅਤੇ ਪਿਛਲੀਆਂ ਸਰਕਾਰਾਂ 2 ਸਾਲਾਂ 'ਚ ਉਹ ਕਹਿੰਦੇ ਵੀ ਇਹ ਜਿਹੜੇ MLA ਮੰਤਰੀ ਹੁੰਦੇ ਸੀ ਉਹਨਾਂ ਦੇ ਜਿਹੜੇ ਕੰਮ ਕੁੰਮ ਹੱਥ ਉੱਥ ਸਿੱਧੇ ਹੁੰਦੇ ਸੀ ਵੀ ਆਪਾਂ ਰੇਤ ਦੀਆਂ ਖੱਡਾਂ ਲੈ ਲਈਏ, ਆਪਾਂ ਕਬਜ਼ੇ ਕਰ ਲਈਏ ਜਿਹੜੀਆਂ ਜ਼ਮੀਨਾਂ ਝਗੜੇ ਵਾਲੀਆਂ, ਆਪਾਂ ਲੋਕਾਂ 'ਤੇ ਨਜਾਇਜ਼ ਪਰਚੇ ਕਰਾ ਦਈਏ। ਆਮ ਆਦਮੀ ਪਾਰਟੀ ਦੀ ਸਰਕਾਰ 'ਚ ਇੱਕ ਕਿਸੇ 'ਤੇ ਨਜਾਇਜ਼ ਪਰਚਾ ਨਹੀਂ ਹੋਇਆ। ਮੈਂ ਆਵਾਮ ਨੂੰ ਵੀ ਸੂਚਿਤ ਕਰਦਾ ਵੀ ਇਹ ਜਿਹੜੇ ਅਕਾਲੀ ਦਲ, ਕਾਂਗਰਸ, BJP ਦੇ ਲੀਡਰ ਆ, ਇਹਨਾਂ ਕੋਲ ਪ੍ਰੋਪੋਗੰਡੇ ਕਰਨ ਤੋਂ ਸਿਵਾ ਹੋਰ ਕੁਝ ਨਹੀਂ ਹੈਗਾ, ਸਿਰਫ ਪ੍ਰੋਪੋਗੰਡੇ ਆ। ਆਮ ਆਦਮੀ ਪਾਰਟੀ ਜਿਹੜੀ ਉਹ ਕੰਮ ਦੀ ਰਾਜਨੀਤੀ ਕਰਦੀ ਆ। ਤੁਸੀਂ ਜੇ ਮੈਂਬਰ ਪਾਰਲੀਮੈਂਟ ਆਪਣਾ ਸਰਹੱਦੀ ਆ ਸਾਰਾ ਜੀ, ਇਹ ਮਾਝੇ ਦੀ ਜਿਹੜੀ ਬੈਲਟ, ਬਹੁਤ ਸਾਰੇ ਹਲਕੇ ਇਹਦੇ ਬਾਰਡਰ ਦਾ ਏਰੀਆ ਜੀ, ਮੈਂਬਰ ਪਾਰਲੀਮੈਂਟ ਬਣ ਕੇ ਤੁਹਾਡਾ ਕੀ ਹੈਗਾ ਹੈ ਮਨ ਦੇ ਵਿੱਚ, ਕਿਉਂਕਿ ਪੰਜਾਬ 'ਚ ਵੀ ਸਰਕਾਰ ਆ, ਦਿੱਲੀ ਦੇ ਵਿੱਚ, ਤੁਹਾਡਾ ਕੀ ਇੱਛਾ ਹੈ ਕਿ ਮੈਂ ਆਪਣੇ ਲੋਕ ਸਭਾ ਹਲਕੇ ਦੇ ਲਈ ਕੀ ਕਰਨਾ ਚਾਹੁੰਦਾ, ਮਤਲਬ ਕਿ ਜਿਹੜੀ ਡਿਵੈਲਪਮੈਂਟ ਵੀ ਹੋਵੇ ਔਰ ਲੋਕਾਂ ਨੂੰ ਮੁਸ਼ਕਿਲਾਂ ਆ ਜਾਏ, ਔਰ ਮੈਂਬਰ ਪਾਰਲੀਮੈਂਟ ਕਰਕੇ ਮੇਰੇ ਆਹ ਜਿਹੜੇ ਨੇ ਇਹ ਮੇਰੇ ਟਾਰਗੇਟ ਰਹੇ। ਲੋਕ ਸਭਾ ਖਡੂਰ ਸਾਹਿਬ ਆ ਜਿਹਦੇ ਤੋਂ 10 ਇਲੈਕਸ਼ਨ ਲੜਦਾ ਪਿਆ ਆਮ ਆਦਮੀ ਪਾਰਟੀ ਵੱਲੋਂ। ਮੈਂ ਜਿਹੜੇ ਸਾਡੀ ਬਾਰਡਰ ਬੈਲਟ ਆ, ਤਾਰੋਂ ਪਾਰ ਸਾਡੀਆਂ ਜ਼ਮੀਨਾਂ ਕਿਸਾਨ ਭਰਾਵਾਂ ਦੀਆਂ, ਜਿਹਦੇ ਲਈ 10,000 ਰੁਪਈਆ ਹਰ ਸਾਲ ਮੁਆਵਜ਼ਾ ਆਉਂਦਾ, ਉਹਦੇ ਬਾਅਦ ਵੱਡੀ ਮਾਰ ਸਾਨੂੰ ਵੱਜਦੀ ਆ ਹੜਾਂ ਦੀ, ਕਿਉਂਕਿ ਇਹ ਦਰਿਆਈ ਖੇਤਰ ਆ। ਹੜਾਂ ਦੀ ਮੈਂ ਜ਼ਿਕਰ ਕਰਨਾ ਭੁੱਲ ਗਿਆ ਕਿ ਹੜਾਂ ਦੇ ਵਿੱਚ ਤੁਸੀਂ ਖੁਦ ਬੋਰੀਆਂ ਚੁੱਕਦੇ, ਤੁਹਾਡੀਆਂ ਵੀਡੀਓ ਕਾਫੀ ਵਾਇਰਲ ਹੋਈਆਂ ਸੀ ਜਦੋਂ ਹਰੀਕੇ ਪਤਨ ਦਾ ਜਿਹੜਾ ਪੁਲ ਵੀ ਜਿਹੜਾ ਸੀ ਉਹ ਟੁੱਟਾ ਸੀਗਾ, ਅਸੀਂ ਵੀ ਉੱਥੇ ਆਏ ਸੀਗੇ, ਤਾਂ ਉਸ ਲਈ ਕੀ, ਉਸ ਲਈ ਵੀ ਕੁਝ ਕਰਨਾ? ਵੇਖੋ, ਬੜਾ ਨੁਕਸਾਨ ਹੋਇਆ ਅਤੇ ਮੇਰਾ ਫਰਜ਼ ਵੀ ਬਣਦਾ ਸੀ, ਕਿਉਂਕਿ ਭੈਣਾਂ ਭਰਾਵਾਂ ਨੇ ਮੈਨੂੰ MLA ਵਜ਼ੀਰ ਬਣਾਇਆ, ਅਤੇ ਮੇਰਾ ਫਰਜ਼ ਬਣਦਾ ਸੀ ਮੈਂ ਲੋਕਾਂ ਦੇ ਨਾਲ ਸੇਵਾ ਕਰਾਂ। ਅਤੇ ਇਹ ਕੋਈ ਇਹ ਨਹੀਂ ਵੀ ਮੈਂ ਫੋਟੋ ਲਵਾਉਣ ਲਈ ਉੱਥੇ ਗਿਆ, ਮੈਂ ਤਾਂ ਉੱਥੇ ਜਾ ਕੇ ਸੇਵਾ ਕਰਦਾ ਰਿਹਾ ਵੀ ਮੇਰੇ ਵੱਲ ਵੇਖ ਕੇ ਹੋਰ ਮੇਰੇ ਨੌਜਵਾਨ ਵੀਰ, ਸਾਡੀ ਪਾਰਟੀ ਦੇ ਵੀਰ, ਉਹ ਜਾ ਕੇ ਉੱਥੇ ਸੇਵਾ ਕਰਨਗੇ ਪਾਰਟੀ ਬਾਜੀ ਤੋਂ ਬਿਨਾਂ। ਇਹ ਨਹੀਂ ਕੋਈ ਵੀ ਆਪਾਂ ਪਾਰਟੀ ਬਾਜੀ ਕਰਕੇ ਗਏ, ਫਿਰ ਜਿੰਨਾ ਮੇਰੇ ਤੋਂ ਸਰਿਆ ਪੁੱਜਾ, ਮੈਂ ਆਪਦੀ ਜੇਬ 'ਚੋਂ, ਆਪਦੀ ਤਨਖਾਹ ਦੇ ਪੈਸਿਆਂ ਦੇ ਵਿੱਚੋਂ ਉੱਥੇ ਮੈਂ ਕਿਸਾਨ ਵੀਰਾਂ ਨੂੰ ਜਿਨ੍ਹਾਂ ਦਾ ਫਸਲਾਂ ਖਰਾਬ ਹੋ ਗਈਆਂ, ਹਰਾ ਚਾਰਾ ਖਰਾਬ ਹੋ ਗਿਆ, ਸੁੱਕਾ ਜਿਹੜਾ ਤੂੜੀ ਤੱਕ ਰੁੜ ਗਈ ਸਾਰੇ ਲੋਕਾਂ ਦੀ, ਸਾਇਲੇਜ, ਫੀਡ, ਚੋਕਰ, ਇੱਥੋਂ ਤੱਕ ਕਿ ਚਾਰੇ ਦਾ ਵੀ ਪ੍ਰਬੰਧ ਕਰਕੇ ਦਿੱਤਾ ਜਿੰਨੇ ਜੋ ਕੰਮ। ਪਰ ਮੈਂ ਇਹ ਵੀ ਨਹੀਂ ਵੇਖਿਆ, ਭਾਵੇਂ ਕੋਈ ਅਕਾਲੀ ਦਲ ਨਾਲ ਸੰਬੰਧ ਰੱਖਦਾ ਸੀ, ਭਾਵੇਂ ਕੋਈ ਕਾਂਗਰਸ ਨਾਲ, ਭਾਵੇਂ ਕਿਸੇ ਹੋਰ ਪਾਰਟੀ ਨਾਲ, ਮੈਂ ਇਹ ਨਹੀਂ ਵੇਖਿਆ ਵੀ ਕਿੰਨੇ ਮੈਨੂੰ ਵੋਟ ਪਾਈ, ਕਿੰਨੇ ਨਹੀਂ ਪਾਈ, ਭਾਵੇਂ ਕਿਸੇ ਪਾਈ ਵੋਟ, ਭਾਵੇਂ ਨਹੀਂ ਪਾਈ, ਮੈਂ ਹਰੇਕ ਦੀ ਉੱਥੇ ਜਾ ਕੇ ਸੇਵਾ ਕੀਤੀ, ਹਰੇਕ ਦੀ ਬਾਂਹ ਫੜੀ। ਇਹ ਲੋਕਾਂ ਨੂੰ ਵੀ ਯਾਦ ਆ, ਇਹ ਨਹੀਂ ਵੀ ਲੋਕਾਂ ਨੂੰ ਭੁੱਲ ਗਿਆ। ਅਤੇ ਮੈਂ ਆਪਦੇ ਇਲਾਕੇ ਦੇ ਲੋਕਾਂ ਲਈ ਜਿਹੜਾ ਹੜ ਪ੍ਰਭਾਵਿਤ ਏਰੀਏ ਆ, ਜਿਵੇਂ ਗੋਂਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਮੁੰਡੀ ਮੋੜ, ਆ ਸਾਡੇ ਖਡੂਰ ਸਾਹਿਬ, ਸਾਡੇ ਪੱਟੀ ਹਲਕੇ ਦੇ ਕਿੰਨੇ ਪਿੰਡ ਆ, ਬਾਬਾ ਬਕਾਲਾ ਏਰੀਆ, ਸਾਡੇ ਪੱਟੀ ਹਲਕੇ ਦੇ ਕਿੰਨੇ ਪਿੰਡ ਆ, ਝੁੱਗੀਆਂ, ਨੂਰ ਮੁਹੰਮਦ, ਮੁੱਠਿਆਂਵਾਲਾ, ਸਭਰਾ, ਬੜਾ ਨੁਕਸਾਨ ਹੁੰਦਾ ਹੜਾਂ ਨਾਲ ਵੀ। ਅਤੇ ਉਹ ਸੈਂਟਰਲੋਂ ਸਾਰਾ 6,800 ਰੁਪਈਆ ਮੁਆਵਜ਼ਾ ਆਉਂਦਾ। ਉਹ ਵੀ ਲੋਕਾਂ ਨੂੰ ਬੇਨਤੀ ਆ ਵੀ ਆਪਾਂ ਇੰਡੀਆ ਅਲਾਇੰਸ ਵਾਲੀ ਸਰਕਾਰ ਆਪਣੀ ਬਣ ਜਾਣੀ ਹੈ, ਤਗੜੇ ਹੋ ਕੇ ਆਪਦੇ ਭਰਾ ਨੂੰ ਜਿਤਾਓ, ਜਿਹੜੇ ਹੜ ਪ੍ਰਭਾਵਿਤ ਏਰੀਆ ਉਹਨਾਂ ਵਾਲਾ ਵੀ ਵੱਡਾ ਮੁਆਵਜ਼ਾ ਜਿਹੜਾ ਵਾ ਉਹ ਅਨਾਊਂਸ ਕਰਾਵਾਂਗੇ ਆਪਦੀ ਸਰਕਾਰ ਤੋਂ, ਘੱਟੋ ਘੱਟ ਤਾਰੋਂ ਪਾਰ ਲਈ ਜਿਹੜੀ ਜ਼ਮੀਨ ਉਹਦੇ ਲਈ, ਅਤੇ ਜਿਹੜਾ ਸਾਡੇ ਹੜ ਪ੍ਰਭਾਵਿਤ ਇਹ ਏਰੀਏ ਇਹਨਾਂ ਲਈ ਵੀ ਜਦੋਂ ਸਾਡੀ ਇੰਡੀਆ ਅਲਾਇੰਸ ਦੀ ਸਰਕਾਰ ਬਣਦੀ ਹੈ ਤਾਂ 50,000 ਰੁਪਈਆ ਘੱਟ ਤੋਂ ਘੱਟ ਇਹਨਾਂ ਕਿਸਾਨ ਵੀਰਾਂ ਲਈ ਲੈ ਕੇ ਆਵਾਂਗੇ। ਹੋਰ ਵੀ ਵੈਸੇ ਬਾਰਡਰ ਬੈਲਟ ਦੇ ਕਈ ਪੈਕੇਜ ਬਣਦੇ ਸੈਂਟਰ ਸਰਕਾਰ ਨੂੰ, ਉਹ ਸਾਰੇ ਮੋਦੀ ਨੇ ਰੋਕੇ ਆ। ਰੂਰਲ ਡਿਵੈਲਪਮੈਂਟ 1,000 ਕਰੋੜ ਰੁਪਈਆ ਉਹ ਸਾਡਾ ਰੋਕਿਆ ਆ। ਮਾਰਕੀਟ ਫੀਸ ਜਿਹੜੀ ਫਸਲ ਵਿਕਦੀ ਆ ਜੱਟ ਦੀ, ਕਿਸਾਨ ਦੀ, ਉਹਦੇ 'ਤੇ 3% ਹੀ ਉਹ ਘਟਾ ਕੇ ਇਹ ਮੋਦੀ ਸਰਕਾਰ ਨੇ 2% ਕਰਤੀ, ਉਹਦੇ ਨਾਲ 1,000 ਕਰੋੜ ਰੁਪਈਆ ਸਾਲ ਦਾ ਸਾਡਾ ਘੱਟ ਗਿਆ। ਸਾਡੇ ਹੁਣ ਮੰਡੀਆਂ ਨੂੰ ਜਾਂਦੇ ਰਸਤੇ ਜਿਹੜੇ ਉਹ ਕੱਚੇ ਪਏ ਆ, ਮੰਡੀਆਂ ਟੁੱਟੀਆਂ ਪਈਆਂ, ਮੰਡੀਆਂ ਦੇ ਸ਼ੈੱਡ ਟੁੱਟੇ ਆ, ਫੜ ਟੁੱਟੇ ਆ, ਇਹ ਸਾਰਾ ਕੁਝ ਜਿਹੜਾ ਮੋਦੀ ਸਰਕਾਰ ਨੇ ਸਾਡੇ ਪੈਸੇ ਰੋਕੇ ਆ। ਆਮ ਆਦਮੀ ਪਾਰਟੀ ਅਤੇ ਇੰਡੀਆ ਅਲਾਇੰਸ ਦੀ ਰਲ ਕੇ ਸਰਕਾਰ ਬਣਨੀ ਆ, ਅਸੀਂ ਆਪਦੇ
ਪੰਜਾਬ ਦੇ ਆਪਦੇ ਸਰਹੱਦੀ ਖੇਤਰ ਦੇ ਜਿਹੜੇ ਹੱਕ ਹਕੂਕ ਬੰਦੇ ਸਾਰੇ ਲੈ ਕੇ ਮੁਕਾਬਲਾ ਕਰਨਾ ਹੋਏਗਾ। ਭੁੱਲਰ ਸਾਹਿਬ ਕਿੰਨਾ ਮੰਨਦੇ ਜੀ ਅਕਾਲੀ ਦਲ ਨਾਲ, ਪੰਥਕ ਹਲਕਾ ਰਿਹਾ ਆਪਾਂ ਅੱਗੇ ਵੀ ਜ਼ਿਕਰ ਕੀਤਾ, ਕਾਂਗਰਸ ਨਾਲ ਜਾਂ ਭਾਰਤੀ ਜਨਤਾ ਪਾਰਟੀ ਜਾਂ ਅਲਾਇੰਸ ਕਰਦੇ, ਕਿਸ ਨਾਲ ਇਸ ਦਾ ਛੋਟਾ ਜਵਾਬ ਦੇ ਦਿਓ, ਕਿਸ ਦਾ ਮੁਕਾਬਲਾ ਹੋਊ ਆਮ ਆਦਮੀ ਪਾਰਟੀ? ਮੁਕਾਬਲਾ ਮੈਂ ਦੱਸਦਾ ਵਾਂ ਆਵਾਮ ਨੂੰ, ਮੁਕਾਬਲਾ ਆ ਝੂਠ ਨਾਲ ਸੱਚ ਦਾ, ਝੂਠ ਆ ਰਵਾਇਤੀ ਪਾਰਟੀਆਂ, ਸੱਚ ਆ ਆਮ ਆਦਮੀ ਪਾਰਟੀ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਨੇ ਭੈਣੋ ਅਤੇ ਭਰਾਓ ਜੋ ਕਿਹਾ ਉਹ ਕਰਕੇ ਵਿਖਾਇਆ, 2 ਸਾਲਾਂ 'ਚ ਹੀ 90% ਜਿਹੜੀਆਂ ਗਰੰਟੀਆਂ ਉਹ ਪੂਰੀਆਂ ਕਰਤੀਆਂ, ਜਿਹੜਾ ਨਹੀਂ ਵੀ ਕਿਹਾ ਉਹ ਵੀ ਕੀਤਾ, ਅਤੇ ਜਿਹੜੀ ਕੋਈ 5-7% ਵੀ ਇੱਕ ਅੱਧੀ ਗਰੰਟੀ ਜਿਹੜੀ ਰਹਿੰਦੀ ਆ ਉਹ ਵੀ ਅਸੀਂ ਪੂਰੀ ਕਰਾਂਗੇ। ਫਿਰ 27 'ਚ ਵੋਟ ਮੰਗਣਾ ਵਾਂਗੇ, ਤਗੜੇ ਹੋ ਕੇ ਆਮ ਆਦਮੀ ਪਾਰਟੀ ਦੇ 13 ਦੇ 13 ਉਮੀਦਵਾਰ ਜਿਤਾਓ। ਇਹ ਜਿਹੜੀ ਜਿੱਤ ਆ ਇਹ ਝੂਠ ਅਤੇ ਸੱਚ ਦੀ ਜਿੱਤ ਹੋਣੀ ਆ। ਬੜਾ ਚਿਹਰ ਝੂਠ ਬੋਲਦੇ ਰਹੇ ਰਵਾਇਤੀ ਪਾਰਟੀਆਂ ਵਾਲੇ, ਹੁਣ ਇਹਨਾਂ ਦੇ ਝੂਠਾਂ ਨੂੰ ਆਪਾਂ ਘਰੇ ਬਾ ਦਈਏ, ਇਹਨਾਂ ਨੂੰ ਘਰੇ ਆਰਾਮ ਕਰਨ ਦਈਏ, ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸੇਵਾ ਕਰਨ ਦਾ ਮੌਕਾ ਦੇ। ਨਵਾਜ਼ ਜੀ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਜਿਹੜੇ ਇਸ ਵਾਰ ਲੋਕ ਸਭਾ ਚੋਣ ਲੜ ਰਹੇ ਨੇ, 5 ਕੈਬਨਿਟ ਮੰਤਰੀ ਲੜ ਰਹੇ ਨੇ, ਉਹਨਾਂ 'ਚ ਲਾਲਜੀਤ ਸਿੰਘ ਭੁੱਲਰ ਵੀ ਨੇ। ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ 13 ਮੈਂਬਰ ਮੇਰੇ ਪੰਜਾਬ 'ਚੋਂ ਜਿਤਾ ਦਿਓ, 13 ਭਗਵੰਤ ਮਾਨ ਹੋ ਜਾਣਗੇ। ਵੈਸੇ ਭਗਵੰਤ ਮਾਨ ਸਾਹਿਬ ਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਕਾਫੀ ਨੇੜੇ ਨੇ ਔਰ ਪਿਛਲੇ ਸਮੇਂ ਦੇ ਵਿੱਚ ਕਾਫੀ ਐਕਟਿਵ ਰਹੇ ਨੇ, ਖਾਸ ਤੌਰ 'ਤੇ ਹੜ੍ਹਾਂ ਦਾ ਜੇ ਅਸੀਂ ਜਿਵੇਂ ਜ਼ਿਕਰ ਕੀਤਾ ਤਾਂ ਸੱਚਮੁੱਚ ਹੀ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦਿਖਾਇਆ ਸੀ, ਬਹੁਤ ਵੱਡਾ ਨੁਕਸਾਨ ਹੋਇਆ ਸੀ। ਤਾਂ ਉਸ ਵੇਲੇ ਸਰਕਾਰੀ ਪੱਧਰ 'ਤੇ ਜਿੰਨੀ ਮਦਦ ਹੁੰਦੀ ਸੀ, ਪਰ ਆਪਣੇ ਨਿੱਜੀ ਤੌਰ ਦੇ ਉੱਤੇ ਵੀ ਲਾਲਜੀਤ ਸਿੰਘ ਭੁੱਲਰ ਹੋਣਾ ਨੇ ਉੱਥੇ ਮਦਦ ਕੀਤੀ, ਉੱਥੇ ਉਹ ਮਦਦ ਵੀ ਕੀਤੀ ਕਿ ਬੋਰੀਆਂ ਚੁੱਕਦੇ ਵੀ ਦਿਖਾਈ ਦਿੱਤੇ, ਆਮ ਉਦੋਂ ਵੀ ਵੀਡੀਓ ਵਾਇਰਲ ਹੋਈਆਂ ਸੀ। ਤਾਂ ਹੁਣ ਇਹ ਚੋਣ ਮੈਦਾਨ 'ਚ ਨੇ, ਸੱਚ ਦਾ ਮੁਕਾਬਲਾ ਝੂਠ ਦੇ ਨਾਲ ਹੈ। ਵੇਖਣਾ ਇਹ ਹੋਏਗਾ ਕਿ ਖਡੂਰ ਸਾਹਿਬ ਦੀ ਇਹ ਸੀਟ ਆਮ ਆਦਮੀ ਪਾਰਟੀ ਲਾਲਜੀਤ ਸਿੰਘ ਭੁੱਲਰ ਜਿਹੜੀ ਹੈ ਇਹਨਾਂ ਦੀ ਝੋਲੀ ਪੈਂਦੀ ਹੈ, ਜਾਂ ਕੀ ਫੈਸਲਾ ਜਿਹੜੀ ਖਡੂਰ ਸਾਹਿਬ ਦੇ ਹਲਕੇ ਦੀ ਜਿਹੜੀ ਆਵਾਮ ਹੈ ਇਹ ਲੈਂਦੀ ਹੈ। ਤਾਂ ਆਉਣ ਵਾਲੇ ਸਮੇਂ 'ਚ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਕੰਪੇਨ 'ਤੇ ਸਾਡੀ ਨਜ਼ਰ ਬਣੀ ਰਹੇਗੀ। ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਪੱਟੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।